ਤਾਂ ਜੀ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬ ਅੱਡਾ 24/7 'ਤੇ। ਤਾਂ ਜੀ ਰੀਲੀ ਸੋਰੀ, ਵਾਰ ਵਾਰ ਪ੍ਰੋਬਲਮ ਆ ਰਹੀ ਹੈ, ਪਤਾ ਨਹੀਂ ਕੀ ਹੋ ਰਿਹਾ, ਚੱਕਰ ਕੀ ਪੈ ਰਿਹਾ, ਬਟ ਹੁਣ ਐਂਡ ਦੀ ਐਂਡ ਸ਼ੁਰੂ ਹੋ ਚੁੱਕੀ ਹੈ ਵੀਡੀਓ। ਤਾਂ ਜੀ ਵਨ ਲਾਈਨਰਸ ਕਰਾਂਗੇ ਆਪਾਂ, ਰੈਪਿਡ ਫਾਇਰ ਰਿਵੀਜ਼ਨ ਕਰਨੀ ਆਪਾਂ, ਵਧੀਆ ਤਰੀਕੇ ਨਾਲ ਕਰਨੀ ਆਪਾਂ। ਤਾਂ ਜੀ ਹੈ ਕੀ, ਦੇਖੋ ਇਹ ਚੀਜ਼, ਹੁਣ ਕਰੰਟ ਅਫੇਅਰ ਦੀ ਜਿਹੜੇ ਅਵਾਰਡ ਦੀ ਆਪਾਂ ਗੱਲਾਂ ਕਰਦੇ ਹਾਂ ਕਿਸੇ ਵੀ ਫੀਲਡ ਦੇ, ਹੁਣ ਜੇ ਤੁਸੀਂ ਸਵੇਰ ਦੀ ਪਹਿਲਾਂ ਤਾਂ ਕਲਾਸ ਲੈਣੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ, ਜੇ ਤੁਸੀਂ ਸਵੇਰ ਦੀ ਕਲਾਸ ਨਹੀਂ ਲਾ ਰਹੇ ਤੁਹਾਡੇ ਲਈ ਕੋਈ ਫਾਇਦਾ ਨਹੀਂ ਹੈ। ਫਿਰ ਸਵੇਰ ਦੀ ਕਲਾਸ ਲਾਓ ਪਹਿਲਾਂ, ਤਾਂ ਸਵੇਰ ਦੀ ਕਲਾਸ 'ਚ ਕੀ ਹੈ, ਸਵੇਰ ਦੀ ਕਲਾਸ 'ਚ ਤੁਹਾਡੀ ਰਿਵੀਜ਼ਨ ਹੋ ਜਾਂਦੀ ਹੈ, ਮਤਲਬ ਸਵੇਰ ਦੀ ਕਲਾਸ ਲਈ, ਉਹ ਤੋਂ ਬਾਅਦ ਸ਼ਾਮੀ ਇਹ ਲਾ ਲਈ, ਕਿਉਂਕਿ ਜਿਨ੍ਹਾਂ ਨੇ ਪਹਿਲਾਂ ਇਹ ਕਲਾਸਾਂ ਲਾਈਆਂ ਹੋਈਆਂ ਨਾ ਉਹਨਾਂ ਨੂੰ ਪਤਾ ਉਹਨਾਂ ਦੀ ਰਿਵੀਜ਼ਨ ਬਹੁਤ ਵਧੀਆ ਹੋ ਰਹੀ ਹੈ, ਅਤੇ ਜਿਨ੍ਹਾਂ ਨੇ ਨਹੀਂ ਪਤਾ ਉਹਨਾਂ ਨੂੰ, ਸਾਰਿਆਂ ਨੂੰ ਇਹੀ ਲੱਗ ਰਿਹਾ ਵੀ ਉਹਨਾਂ ਦੀ ਨਵੀਂ ਕਲਾਸ ਆਈ ਹੈ, ਪਹਿਲੇ ਨਵੇਂ ਸਵਾਲ ਆ ਰਹੇ ਨੇ, ਨਵੇਂ ਨਵੀਂ ਚੀਜ਼ਾਂ ਹੋ ਰਹੀਆਂ ਨੇ। ਤਾਂ ਬੇਸਿਕਲੀ ਮੈਂ ਇਹੀ ਗੱਲ ਕਹਿੰਦਾ ਵੀ ਸਵੇਰ ਵਾਲੀ ਕਲਾਸ ਲੈਣੀ ਸ਼ੁਰੂ ਕਰੋ। ਇੱਕ ਤਾਂ ਕਿਹੜੀ ਸਵੇਰ ਵਾਲੀ, ਸਵੇਰ ਵਾਲੀ ਹੁੰਦੀ ਹੈ ਕਿਹੜੀ, ਸਵੇਰ ਵਾਲੀ ਹੁੰਦੀ ਹੈ 8 AM ਵਾਲੀ ਜਿਹੜੀ ਕਲਾਸ ਹੈ, ਇੱਕ ਤਾਂ ਉਹ ਕਲਾਸ ਲੈਣੀ ਤੁਸੀਂ ਸ਼ੁਰੂ ਕਰੋ। ਹਾਂਜੀ, 8 AM ਵਾਲੀ ਕਲਾਸ ਲਾਉਣੀ ਇੱਕ ਤਾਂ ਸ਼ੁਰੂ ਕਰੋ ਜਿਹੜਾ ਨਹੀਂ ਲਾ ਰਿਹਾ, ਕਿਉਂਕਿ ਡੇਲੀ ਕਰੰਟ ਅਫੇਅਰ ਨੇ ਉਹ ਤੁਸੀਂ ਕਰੋਗੇ, ਫਿਰ ਹੀ ਨਾਲ ਤੁਹਾਡੇ ਇਹ ਜਿਹੜੇ ਅਵਾਰਡ ਨੇ ਤੁਹਾਡੀ ਨਾਲ ਇਹ ਰਿਵੀਜ਼ਨ ਚੱਲਦੀ ਜਾਊਗੀ। ਠੀਕ ਹੈ ਜੀ, ਤਾਂ ਜੀ ਇਹ ਹੈ, ਫਿਰ ਅੱਗੇ ਚੱਲਦੇ ਹਾਂ, ਹੁਣ ਛੇਤੀ ਛੇਤੀ ਕਰਦੇ ਹਾਂ। ਕੈਮਰੇ 'ਚ ਕੁਝ ਪ੍ਰੋਬਲਮ ਸੀ, ਉਸ ਕਰਕੇ ਥੋੜ੍ਹੀ ਜਿਹੀ ਇਹ ਵਾਰ ਡਰੋਪ ਹੋ ਰਿਹਾ ਸੀ, ਤਾਂ ਮੈਂ ਹੁਣ ਕੈਮਰਾ ਮੈਂ ਉਹਨੂੰ ਡਿਟੈਚ ਕਰਤਾ, ਤਾਂ ਹੁਣ ਚੱਲ ਗਈ ਵੀਡੀਓ ਠੀਕ। ਤਾਂ ਜੀ ਇੱਕ ਵਾਰੀ ਸੈਸ਼ਨ ਨੂੰ ਸ਼ੇਅਰ ਕਰ ਦਿਉ, ਕਿਉਂਕਿ ਬਹੁਤ ਲੇਟ ਹੋ ਚੁੱਕਿਆ ਸੀ, ਇੱਕ ਵਾਰੀ ਸ਼ੇਅਰ ਕਰ ਦਿਉ ਸੈਸ਼ਨ ਨੂੰ, ਇੱਕ ਵਾਰ ਸੈਸ਼ਨ ਨੂੰ ਕਰ ਦਿਉ ਲਾਈਕ ਕਰ ਦਿਉ। ਤਾਂ ਜੀ ਸ਼ੁਰੂ ਕਰਦੇ ਹਾਂ, ਕੱਲ੍ਹ ਕਾਫੀ ਕੁਐਸਚਨ ਕਰ ਲਏ ਸੀ, ਅੱਜ ਅੱਗੇ ਚੱਲਾਂਗੇ। ਤਾਂ ਜੀ ਹੂ ਵਾਜ਼ ਅਵਾਰਡਿਡ ਵਿਦ ਦਾ ਸਰ ਰਿਚਰਡ ਹੈਡਲੀ ਮੈਡਲ ਫੋਰ ਦਾ 4th ਟਾਈਮ ਇਨ 6 ਈਅਰ। ਤਾਂ ਜੀ 6 ਸਾਲਾਂ ਵਿੱਚ 4th ਵਾਰੀ ਜਿਹੜਾ ਰਿਚਰਡ ਹੈਡਲੀ ਮੈਡਲ ਹੈ ਉਹ ਕਿਹਨੂੰ ਮਿਲਿਆ, ਬ੍ਰੈਂਡਨ ਮੈਕਲਮ ਨੂੰ, ਕੇਨ ਵਿਲੀਅਮਸਨ ਨੂੰ, ਡੇਵਨ ਕੋਨਵੇ ਜਾਂ ਫਿਰ ਟ੍ਰੈਂਟ ਬੋਲਟ ਨੂੰ, ਕਿਹਨੂੰ ਮਿਲਿਆ, ਕਿਹੜਾ ਮੈਡਲ ਹੈ, ਸਰ ਰਿਚਰਡ ਹੈਡਲੀ ਮੈਡਲ 4th ਟਾਈਮ ਪਿਛਲੇ 6 ਸਾਲਾਂ ਵਿੱਚ ਕਿਹਨੂੰ ਮਿਲਿਆ, ਇਹ ਤੁਸੀਂ ਦੇਖ ਹੀ ਸਕਦੇ, ਨਿਊਜ਼ੀਲੈਂਡ ਦੇ ਪਲੇਅਰ ਨੇ। ਤਾਂ ਜੀ ਰਿਚਰਡ ਹੈਡਲੀ ਮੈਡਲ ਕੀ, ਕ੍ਰਿਕਟ ਲਈ ਦਿੱਤਾ ਜਾਂਦਾ, ਨਿਊਜ਼ੀਲੈਂਡ ਵਿੱਚ ਕ੍ਰਿਕਟ ਦਾ ਸਭ ਤੋਂ ਹਾਈਐਸਟ ਸਪੋਰਟਿੰਗ ਓਨਰ ਹੈ, ਹਾਈਐਸਟ ਕ੍ਰਿਕਟਿੰਗ ਓਨਰ ਹੋ ਜਾਂਦਾ ਹੈ ਨਿਊਜ਼ੀਲੈਂਡ ਦਾ। ਤਾਂ ਇਹ ਕਿਹਨੂੰ ਮਿਲਿਆ, ਬ੍ਰੈਂਡਨ ਮੈਕਲਮ, ਕੇਨ ਵਿਲੀਅਮਸਨ, ਡੈਵਨ ਕੋਨਵੇ ਜਾਂ ਫਿਰ ਟ੍ਰੈਂਟ ਬੋਲਟ। ਸਰ ਜੀ ਅੱਜ ਤਾਂ 4 ਤਰੀਕ ਆ, ਲਿਖੀ 5, ਕਿੱਥੇ 5 ਲਿਖੀ ਹੈ, ਅੱਛਾ 5 ਲਿਖੀ ਹੈ, ਕੋਈ ਚੱਕਰ ਨਹੀਂ, ਉਹ ਹੋ ਜਾਊਗਾ, ਠੀਕ ਹੋ ਜਾਊਗਾ, ਤਾਂ ਟੈਨਸ਼ਨ ਨਾ ਲਓ, ਅੱਜ 4 ਤਰੀਕ ਵਾਲੀ ਉਹ ਚੱਲੂਗੀ, ਟੈਨਸ਼ਨ ਨਾ ਲਓ, ਇਹ ਵੈਸੀ ਗਲਤੀ ਹੋ ਗਈ, ਕੁਛ ਮਿਸਟੇਕ ਹੋ ਗਈ ਆ, ਉਹਦੀ ਟੈਨਸ਼ਨ ਨਾ ਲਓ ਤੁਸੀਂ। ਹਾਂਜੀ ਹਾਂਜੀ, 4 ਤਰੀਕ ਆ, 4 ਤਰੀਕ ਹੋ ਜੂਗੀ ਇਹ, ਠੀਕ, ਉਹਦੀ ਟੈਨਸ਼ਨ ਨਾ ਲਓ। ਠੀਕ ਹੈ ਜੀ, ਇਹ ਇਹਦਾ ਆਂਸਰ ਹੋ ਜਾਂਦਾ ਜੀ, ਕੇਨ ਵਿਲੀਅਮਸਨ ਹੋ ਜਾਂਦਾ ਇਹਦਾ ਆਂਸਰ। ਅੱਗੇ ਚੱਲਦੇ ਹਾਂ, ਕਹਿੰਦੇ ਹੂ ਹੋਸਟਿਡ ਡੈਸ਼ ਹੋਸਟਿਡ ਦਾ 22nd ਲੋਰੀਅਸ ਸਪੋਰਟਸ ਅਵਾਰਡ ਇਨ ਅ ਵਰਚੁਅਲ ਸੈਰੇਮਨੀ ਓਇੰਗ ਟੂ ਦਾ ਰੇਜਿੰਗ COVID-19 ਪੈਂਡੈਮਿਕ। ਤਾਂ ਜੀ COVID-19 ਪੈਂਡੈਮਿਕ ਜਿਹੜਾ ਤੁਹਾਨੂੰ ਪਤਾ ਹੀ ਹੈ, COVID-19 ਪੈਂਡੈਮਿਕ ਕਰਕੇ ਲੋਰੀਅਸ ਸਪੋਰਟਸ ਅਵਾਰਡ ਸੀ ਉਹ ਹੋ ਗਏ ਸੀ ਡੀਲੇ, ਉਹ ਹੋ ਗਏ ਸੀ ਪੋਸਟਪੋਨ ਹੋ ਗਏ ਸੀ ਉਹ ਅਵਾਰਡ। ਤਾਂ ਉਹ ਪੋਸਟਪੋਨ ਹੋਣ ਤੋਂ ਬਾਅਦ ਉਹ ਅਵਾਰਡ ਹੁਣ ਕਿੱਥੇ ਹੋਏ, ਮੈਡਰਿਡ 'ਚ ਹੋਏ, ਬਾਰਸੀਲੋਨਾ 'ਚ, ਸਿਵਿਲ ਜਾਂ ਫਿਰ ਨਿਊਯਾਰਕ ਵਿੱਚ, ਕਿੱਥੇ ਹੋਏ ਸੀ ਲੋਰੀਅਸ ਸਪੋਰਟਸ ਅਵਾਰਡ? ਤੁਹਾਨੂੰ ਯਾਦ ਹੋ, ਕੁਐਸਚਨ ਆਇਆ ਸੀ ਤੁਹਾਡੇ PSPCL 'ਚ, ਮੁੰਡਿਆਂ 'ਚ ਮਿਲਿਆ ਸੀ ਰਫੈਲ ਨਡਾਲ ਨੂੰ ਅਤੇ ਕੁੜੀਆਂ 'ਚ ਮਿਲਿਆ ਸੀ ਨਿਓਮੀ ਓਸਾਕਾ ਨੂੰ ਮਿਲਿਆ ਸੀ ਅਵਾਰਡ, ਹੈ ਨਾ, ਯਾਦ ਹੈ ਤੁਹਾਨੂੰ? ਤਾਂ ਜੀ ਕਿੱਥੇ ਹੋਇਆ ਸੀ, ਮੈਡਰਿਡ, ਬਾਰਸੀਲੋਨਾ, ਸਿਵਿਲ ਜਾਂ ਫਿਰ ਨਿਊਯਾਰਕ, ਕਿੱਥੇ ਹੋਇਆ ਸੀ ਇਹ ਦੱਸੋ। ਤਾਂ ਜੀ ਇਹਦਾ ਆਂਸਰ ਹੋ ਜਾਂਦਾ ਜੀ, ਸਿਵਿਲ ਵਿੱਚ ਹੋਇਆ ਸੀ, ਤੁਹਾਡੇ ਕੋਲ PSPCL ਦੇ ਪ੍ਰੀ ਵਿੱਚ ਕੁਐਸਚਨ ਆਏ ਹੋਏ ਸੀ, ਤਾਂ ਵੀ ਅੱਗੇ ਵੀ ਆ ਸਕਦੇ ਨੇ। ਲੋਰੀਅਸ ਸਪੋਰਟਸ ਅਵਾਰਡ ਬਾਰੇ ਤੁਹਾਡਾ ਪੜ੍ਹਨਾ 'ਚ, ਇਹਦੇ ਇੱਕ ਵਿਜ਼ਡਨ ਅਵਾਰਡ ਵੀ ਅੱਗੇ ਆਉਂਦਾ, ਲੋਰੀਅਸ ਬਾਰੇ ਵੀ ਪੂਰੀ ਗੱਲਾਂ ਕਰਾਂਗੇ ਅੱਗੇ ਜਾ ਕੇ, ਕਿਹੜੇ ਕਿਹੜੇ ਅਵਾਰਡ ਮਿਲੇ ਸੀ। ਤਾਂ ਜੀ ਵਿਜ਼ਡਨ ਅਵਾਰਡ ਹੁੰਦਾ 2021, ਆ ਕੀ ਹੈ, 50th ਐਨੀਵਰਸਰੀ ਆਫ ਫਸਟ ਵਨਡੇ ਇੰਟਰਨੈਸ਼ਨਲ, 5 ODI ਕ੍ਰਿਕਟਰਸ ਆਫ ਦ ਡੀਕੇਡ ਹੈਵ ਬੀਨ ਲਿਸਟਡ ਇਨ ਦਾ ਵਿਜ਼ਡਨ ਐਲਮਨਾਕ 2021 ਦਾ ਐਡੀਸ਼ਨ। ਤਾਂ ਜੀ 5 ਕ੍ਰਿਕਟਰਸ ਨੂੰ ਮਿਲਿਆ ਹਰ ਡਿਕੇਡ ਦੇ, ਵਿਦ ਦਾ ਇੰਡੀਅਨ ਕੈਪਟਨ ਬੀਨ ਗ੍ਰਾਂਟਿਡ ਦਾ ਅਵਾਰਡ ਫਾਰ 2010 'ਤੇ। ਇੰਡੀਅਨ ਕੈਪਟਨ ਕੌਣ ਸੀਗੇ ਉਸ ਟਾਈਮ ਦੀ ਗੱਲ ਹੈ, ਇਹ ਵਿਰਾਟ ਕੋਹਲੀ ਸੀਗੇ, ਇਹ ਹੈ ਅਪ੍ਰੈਲ ਦੀ ਗੱਲ ਹੈ, ਇਹ ਅਪ੍ਰੈਲ 2021 'ਚ ਅਵਾਰਡ ਮਿਲਿਆ ਸੀਗੇ, ਇਹਦੇ ਬਾਰੇ ਗੱਲਾਂ ਕਰਦੇ ਹਾਂ। ਤਾਂ ਜੀ ਆਹ ਦੇਖੋ ਕਿਹਨੂੰ ਮਿਲਿਆ ਅਵਾਰਡ ਇਹ ਜੀ, ਇੰਡੀਅਨ ਕੈਪਟਨ ਵਿਰਾਟ ਕੋਹਲੀ ਨੂੰ ਮਿਲਿਆ ਕਾਹਦੇ ਲਈ, 2010 ਲਈ ਮਿਲਿਆ। ਸਚਿਨ ਤੇਂਦੁਲਕਰ ਨੂੰ ਮਿਲਿਆ 1990 ਲਈ ਮਿਲਿਆ। ਕਪਿਲ ਦੇਵ ਨੂੰ ਮਿਲਿਆ 1980 ਲਈ ਮਿਲਿਆ। ਸਾਡੇ ਲਈ ਬਸ ਇਹੀ ਜ਼ਰੂਰੀ ਨੇ, ਕਿਉਂਕਿ ਇੰਡੀਆ ਵਾਲੇ ਨੂੰ ਦੇਖ ਸਕਦੇ ਹੋ, 80s 90s, ਬਸ 2000s ਲਈ ਕਿਸੇ ਹੋਰ ਨੂੰ ਮਿਲਿਆ, ਬਾਕੀ ਫਿਰ 2010 ਲਈ ਵਿਰਾਟ ਕੋਹਲੀ ਨੂੰ। ਤਾਂ ਜੀ ਕਪਿਲ ਦੇਵ, ਸਚਿਨ ਤੇਂਦੁਲਕਰ, ਵਿਰਾਟ ਕੋਹਲੀ, ਇਹ ਧਿਆਨ ਰੱਖਣਾ ਜੀ, ਠੀਕ ਹੈ। ਫਿਰ ਅੱਗੇ ਇੰਗਲੈਂਡ ਦੇ ਆਲਰਾਊਂਡਰ ਬੈਨ ਸਟੋਕਸ, ਇਹਨਾਂ ਨੂੰ ਮਿਲਿਆ ਲੀਡਿੰਗ ਕ੍ਰਿਕਟਰ ਆਫ ਦ ਈਅਰ, ਇੰਗਲੈਂਡ ਦੇ ਨੇ। ਆਸਟ੍ਰੇਲੀਆ ਦੀ ਬੈਥ ਮੂਨੀ ਇਜ਼ ਲੀਡਿੰਗ ਵੁਮੈਨ ਕ੍ਰਿਕਟਰ ਆਫ ਦ ਈਅਰ। ਇਹ ਸਾਰੇ ਹੀ ਤੁਹਾਡੇ ਬਹੁਤ ਇੰਪੋਰਟੈਂਟ ਨੇ, ਤੁਹਾਨੂੰ ਸਾਰੇ ਰਿਮੈਂਬਰ ਕਰਨੇ ਪੈਣੇ, ਯਾਦ ਰੱਖਣੇ ਪੈਣੇ ਨੇ ਤੁਹਾਨੂੰ, ਸਾਰੇ ਦੇ ਸਾਰੇ ਬਹੁਤ ਜ਼ਰੂਰੀ ਨੇ। ਵਿਰਾਟ ਕੋਹਲੀ ODI ਪਲੇਅਰ ਆਫ ਦ ਈਅਰ 2010 ਦਾ ਮਤਲਬ ਹੁੰਦਾ 2010 ਤੋਂ ਲੈ ਕੇ 19 ਤੱਕ, ਇਹ ODI ਪਲੇਅਰ ਆਫ ਦ 2010
सचिन तेंदुलकर 90s ਦਾ, ਕਪਿਲ ਦੇਵ 80s ਦਾ, ਫਿਰ ਬੈਨ ਸਟੋਕਸ ਹੋ ਜਾਂਦਾ ਲੀਡਿੰਗ ਕ੍ਰਿਕਟਰ ਆਫ ਦਾ ਈਅਰ, ਬੈਥ ਮੂਨੀ ਹੋ ਜਾਂਦੇ ਵੁਮੈਨ ਕ੍ਰਿਕਟਰ ਆਫ ਦਾ ਈਅਰ, ਅਤੇ ਵੈਸਟ ਇੰਡੀਜ਼ ਦੇ ਆਲਰਾਊਂਡਰ ਨੇ ਕਾਇਰਨ ਪੋਲਟ, ਇਹਨਾਂ ਨੂੰ ਦਿੱਤਾ ਗਿਆ ਲੀਡਿੰਗ T20 ਕ੍ਰਿਕਟਰ ਇਨ ਦਾ ਵਰਲਡ, ਅਤੇ ਜੇਸਨ ਹੋਲਡਰ, ਮੁਹੰਮਦ ਰਿਜ਼ਵਾਨ, ਡੋਮ ਸਿਬਲੀ, ਜ਼ੈਕ ਕਰੋਲੀ, ਇਹਨਾਂ ਨੂੰ ਵਿਜ਼ਡਨ ਕ੍ਰਿਕਟਰ ਆਫ ਦਾ ਈਅਰ 2021 ਦਾ ਅਵਾਰਡ, ਚਾਰਾਂ ਨੂੰ ਮਿਲਿਆ। ਇਹ ਵੀ ਗੱਲ ਧਿਆਨ ਰੱਖਣੀ ਹੈ ਕਿਹੜੇ ਕਿਹੜੇ ਚਾਰ ਨੇ, ਜੇਸਨ ਹੋਲਡਰ, ਮੁਹੰਮਦ ਰਿਜ਼ਵਾਨ, ਡੋਮ ਸਿਬਲੀ, ਜ਼ੈਕ ਕਰੋਲੀ ਅਤੇ ਡੈਰਨ ਸਟੀਵਨਸ, ਇਹ ਸਾਰੇ ਸਾਡੇ ਲਈ ਹੋ ਜਾਂਦੇ ਨੇ ਬਹੁਤ ਇੰਪੋਰਟੈਂਟ। ਇੱਕ ਵਾਰੀ ਯਾਰ ਸੈਸ਼ਨ ਨੂੰ ਸ਼ੇਅਰ ਕਰ ਦਿਉ, ਮੈਨੂੰ ਪਤਾ 2-3 ਵਾਰੀ ਚੱਲ ਕੇ ਟੁੱਟ ਗਿਆ ਸੈਸ਼ਨ, ਤਾਂ ਕਰਕੇ ਬੱਚੇ ਬਹੁਤ ਘੱਟ ਆਏ ਨੇ, ਬਟ ਤੁਸੀਂ ਕਰ ਸਕਦੇ ਹੋ ਇੱਕ ਵਾਰ ਸ਼ੇਅਰ ਕਰ ਦਿਉ, ਇੱਕ ਵਾਰ ਸੈਸ਼ਨ ਨੂੰ ਛੋਟਾ ਜਿਹਾ ਲਾਈਕ ਕਰ ਦਿਉ। ਸ਼ਾਮ ਵਾਲੇ ਸੈਸ਼ਨ ਦੀ ਤਾਂ ਬਸ ਬਹਿ ਜਾ ਹੀ ਹੋਈ ਪਈ ਹੈ, ਰੋਜ਼ ਦਾ ਕੰਮ ਹੋ ਗਿਆ ਹੈ ਨਾ। ਚਲੋ ਤਾਂ ਜੀ, ਰੁਮਾਨਾ ਸਿਨਹਾ ਸਹਿਗਲ, ਇਹਨਾਂ ਨੂੰ ਮਿਲਿਆ ਨੈਨਸਨ ਮੰਡੇਲਾ ਵਰਲਡ ਹਿਊਮੈਨੀਟੇਰੀਅਨ ਅਵਾਰਡ 2021 ਲਈ। ਰੁਮਾਨਾ ਸਿਨਹਾ ਸਹਿਗਲ, ਇਹਨਾਂ ਨੂੰ ਮਿਲਿਆ ਹੈ ਜੀ ਨੈਲਸਨ ਮੰਡੇਲਾ ਵਰਲਡ ਹਿਊਮੈਨੀਟੇਰੀਅਨ ਅਵਾਰਡ, ਇਹ ਗੱਲ ਅਸੀਂ ਧਿਆਨ ਰੱਖਣੀ ਹੈ। ਰੁਮਾਨਾ ਸਿਨਹਾ ਸਹਿਗਲ, ਨੈਲਸਨ ਮੰਡੇਲਾ ਵਰਲਡ ਹਿਊਮੈਨੀਟੇਰੀਅਨ ਅਵਾਰਡ, ਇਹਨਾਂ ਨੂੰ ਹੋਰ ਵੀ ਬਹੁਤ ਸਾਰੇ ਅਵਾਰਡ ਮਿਲੇ ਨੇ, ਇਹ ਵੀ ਅਸੀਂ ਯਾਦ ਰੱਖਣੇ ਨੇ ਕਿਹੜੇ ਕਿਹੜੇ ਅਵਾਰਡ ਮਿਲੇ ਨੇ। ਨੇਸ਼ਨ ਵਾਈਡ ਅੰਡਰ 50 ਬਿਜ਼ਨਸ ਲੀਡਰ 2021 ਆਫ ਸੋਸ਼ਲ ਐਂਟਰਪ੍ਰਨਰਸ਼ਿਪ, ਇਹਨਾਂ ਨੂੰ ਮਿਲਿਆ ਰੁਮਾਨਾ ਸਹਿਗਲ ਨੂੰ ਮਿਲਿਆ। ਇੰਟਰਨੈਸ਼ਨਲ ਇਨਫਲੂਐਂਸਰ ਆਫ ਦਾ ਈਅਰ 2021 ਇਨਫਲੂਐਂਸਰ ਸਮਿਟ 2021 ਲਈ, ਇਹ ਵੀ ਰੁਮਾਨਾ ਸਹਿਗਲ ਨੂੰ ਮਿਲਿਆ। ਰਿਕਸ ਕਰਮਵੀਰ ਚੱਕਰ ਸਿਲਵਰ ਐਂਡ ਗਲੋਬਲ ਫੈਲੋਸ਼ਿਪ ਅਵਾਰਡ 2019, ਇਹ ਰਹਿਣ ਤੋਂ ਇੰਨਾ ਜ਼ਿਆਦਾ ਸਾਨੂੰ ਕਰਨ ਦੀ ਲੋੜ ਨਹੀਂ, ਬਸ 2021 ਵਾਲੇ ਯਾਦ ਰੱਖ ਲਿਓ। ਰੁਮਾਨਾ ਸਹਿਗਲ ਨੂੰ 3 ਅਵਾਰਡ ਹੋ ਗਏ, ਕਿਹੜੇ ਕਿਹੜੇ ਮਿਲੇ 3 ਅਵਾਰਡ? ਇੱਕ ਤਾਂ ਨੈਲਸਨ ਮੰਡੇਲਾ ਵਰਲਡ ਹਿਊਮੈਨੀਟੇਰੀਅਨ ਅਵਾਰਡ, ਦੂਜਾ ਅੰਡਰ 50 ਬਿਜ਼ਨਸ ਲੀਡਰ 2021, ਅਤੇ ਤੀਜਾ ਇੰਟਰਨੈਸ਼ਨਲ ਇਨਫਲੂਐਂਸਰ ਆਫ ਦਾ ਈਅਰ 2021। ਤਾਂ ਜੀ ਇਹ 3 ਅਵਾਰਡ ਨੇ, ਇਹ ਅਸੀਂ ਧਿਆਨ ਰੱਖਣਾ, ਠੀਕ ਹੈ ਜੀ। ਚਲੋ ਫਿਰ ਜੀ, ਔਸਕਰ ਅਵਾਰਡ ਸੀਗੇ, ਔਸਕਰ ਅਵਾਰਡ ਮੈਂ ਦੱਸਦਾ ਇਹਦੇ ਵਿੱਚ ਯਾਦ ਰੱਖਣ ਵਾਲਾ ਕਿ 93rd ਔਸਕਰ ਅਵਾਰਡ ਸੀਗੇ, ਕਿੱਥੇ ਹੋਏ ਸੀ? ਲੋਸ ਏਂਜਲਿਸ ਵਿੱਚ ਹੋਏ ਸੀਗੇ। ਪ੍ਰੈਜੈਂਟ ਕੌਣ ਕਰਦਾ ਹੈ? ਅਕੈਡਮਿਕ ਆਫ ਮੋਸ਼ਨ ਪਿਕਚਰ ਐਂਡ ਆਰਟਸ ਐਂਡ ਸਾਇੰਸਿਸ, ਇਹਨੂੰ ਪ੍ਰੈਜੈਂਟ ਕਰਦਾ ਹੈ, ਇਹ ਗੱਲ ਅਸੀਂ ਧਿਆਨ ਰੱਖਣੀ। 3 ਚੀਜ਼ਾਂ ਨੇ, 93rd ਅਵਾਰਡ ਸੀਗੇ ਇਹ, ਲੋਸ ਏਂਜਲਿਸ ਵਿੱਚ ਹੋਏ ਸੀਗੇ ਇਹ, ਅਤੇ ਪ੍ਰੈਜੈਂਟ ਕੌਣ ਕਰਦਾ ਹੈ? ਪ੍ਰੈਜੈਂਟ ਕਰਦਾ ਹੈ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਸ ਪ੍ਰੈਜੈਂਟ ਕਰਦਾ ਹੈ। ਬੈਸਟ ਅਵਾਰਡ ਕਿਹਨੂੰ ਮਿਲਿਆ? ਅਮੈਰੀਕਨ ਡਰਾਮਾ ਨੋ ਬੈਡ ਲੈਂਡ ਨੂੰ ਮਿਲਿਆ। ਸਭ ਤੋਂ ਜ਼ਿਆਦਾ ਆਨਰ ਮਿਲੇ ਕਿਹਨੇ? 3 ਅਵਾਰਡ ਮਿਲੇ ਨੇ। ਖਲੋਈ ਜ਼ਾਓ, ਇਹਦੀ ਡਾਇਰੈਕਟਰ ਹੈ, ਖਲੋਈ ਜ਼ਾਓ ਇਹਦੀ ਹੀ ਡਾਇਰੈਕਟਰ ਹੈ, ਇਹਨਾਂ ਨੂੰ ਬੈਸਟ ਡਾਇਰੈਕਟਰ ਦਾ ਅਵਾਰਡ ਮਿਲਿਆ। ਜਿੱਦਾਂ ਆਪਾਂ ਯਾਦ ਹੈ ਤੁਸੀਂ ਗੱਲ ਅਸੀਂ ਗੱਲ ਕੀਤੀ ਸੀ ਗੋਲਡਨ ਗਲੋਬ ਦੀ, ਗੋਲਡਨ ਗਲੋਬ ਵਿੱਚ ਵੀ ਖਲੋਈ ਜ਼ਾਓ ਨੂੰ ਹੀ ਨੋ ਮੈਡ ਲੈਂਡ ਲਈ ਅਵਾਰਡ ਮਿਲਿਆ ਸੀ। ਤਾਂ ਇਹਦੇ ਕੁਝ ਅਵਾਰਡ ਪੜ੍ਹਦੇ ਹਾਂ ਆਪਾਂ। ਬਹੁਤ ਵਧੀਆ ਜੀ, ਤੁਸੀਂ ਦੱਸੋ। ਤਾਂ ਜੀ ਬੈਸਟ ਪਿਕਚਰ ਦੇਖੋ, ਨੋ ਮੈਡ ਲੈਂਡ, ਬੈਸਟ ਡਾਇਰੈਕਟਰ ਉਹੀ ਪਿਕਚਰ ਜਿਹੜੀ ਡਾਇਰੈਕਟਰ ਹੈ, ਬੈਸਟ ਐਕਟਰੈਸ ਉਹੀ ਪਿਕਚਰ ਜਿਹੜੀ ਐਕਟਰੈਸ ਹੈ, ਐਕਟਰ ਹੋ ਜਾਂਦੇ ਹੈ ਐਂਥਨੀ ਹੋਪਕਿੰਸ, ਸਪੋਰਟਿੰਗ ਐਕਟਰੈਸ ਯੂਨ ਯੂਜਿੰਗ ਮਿਨਾਰੀ ਲਈ, ਸਪੋਰਟਿੰਗ ਐਕਟਰ ਡੈਨੀਅਲ ਕਲੂਯਾ ਜੂਡਸ ਐਂਡ ਦਾ ਬਲੈਕ ਮੈਸੀਆ ਲਈ, ਐਨੀਮੇਟਿਡ ਫੀਚਰ ਫਿਲਮ ਗੋਲਡਨ ਗਲੋਬ ਵਿੱਚ ਵੀ ਸੋਲ ਸੀ ਅਤੇ ਔਸਕਰ ਵਿੱਚ ਵੀ ਸੋਲ ਹੀ ਰਹੀ ਹੈ, ਬੈਸਟ ਸਿਨੇਮੈਟੋਗ੍ਰਾਫੀ ਮੈਂਕ ਲਈ ਆਈ ਹੈ, ਬੈਸਟ ਕੋਸਟਿਊਮ ਡਿਜ਼ਾਈਨ ਮਾਰੇਨੀਜ਼ ਬਲੈਕ ਬੋਟਮ ਲਈ, ਅਤੇ ਬੈਸਟ ਫਿਲਮ ਐਡੀਟਿੰਗ ਸਾਊਂਡ ਆਫ ਮੈਟਲ ਲਈ ਆਈ ਹੈ, ਇਹ ਗੱਲ ਅਸੀਂ ਧਿਆਨ ਰੱਖਣਾ, ਠੀਕ ਹੈ ਜੀ। ਵਧੀਆ, ਅਸੀਂ ਵਧੀਆ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸੈਸ਼ਨ ਨੂੰ ਸ਼ੇਅਰ ਕਰ ਦਿਉ ਨਾਲ ਦੀ ਨਾਲ, ਕਿਉਂਕਿ 2-3 ਵਾਰੀ ਅੱਜ ਬਣ ਕੇ ਸੈਸ਼ਨ ਖਰਾਬ ਹੋ ਗਿਆ, ਹੁਣ ਮਸਾਂ ਸ਼ੁਰੂ ਹੋਇਆ, ਹੁਣ ਆਪਾਂ ਹਟਣਾ ਨਹੀਂ ਹੈ। ਚਲੋ, ਉੱਤਰ ਪ੍ਰਦੇਸ਼ ਗਵਰਨਮੈਂਟ ਨੇ ਈ ਪੰਚਾਇਤ ਪੁਰਸਕਾਰ ਜਿੱਤਿਆ, ਫਸਟ ਰੈਂਕ ਆਈ ਫਸਟ ਕੈਟੇਗਰੀ 1 ਵਿੱਚ। ਸੈਕਿੰਡ ਪੋਜੀਸ਼ਨ 'ਤੇ ਕੌਣ ਕੌਣ ਸੀਗੇ? ਸੈਕਿੰਡ ਪੋਜੀਸ਼ਨ 'ਤੇ ਸੀਗੇ ਅਸਮ ਅਤੇ ਛੱਤੀਸਗੜ੍ਹ, ਅਤੇ ਥਰਡ ਪੋਜੀਸ਼ਨ 'ਤੇ ਸੀਗੇ ਉੜੀਸਾ ਅਤੇ ਕੌਣ ਨਾਲ ਨਾਲ, ਮਤਲਬ ਕਿ ਦੇਖੋ ਈ ਪੰਚਾਇਤ ਪੁਰਸਕਾਰ ਮਿਲੇ ਸੀ, ਫਸਟ ਪੋਜੀਸ਼ਨ 'ਤੇ ਆਏ ਯੂਪੀ, ਦੂਜੀ ਪੋਜੀਸ਼ਨ 'ਤੇ ਆਏ ਅਸਮ ਅਤੇ ਛੱਤੀਸਗੜ੍ਹ, ਤੀਜੀ ਪੋਜੀਸ਼ਨ 'ਤੇ ਉੜੀਸਾ ਦੇ ਨਾਲ, ਚੌਥੀ ਪੰਜਵੀਂ ਮਤਲਬ ਕੌਣ ਸੀ ਸਟੇਟ ਸੀਗੀ ਇਹ? ਮਹਾਰਾਸ਼ਟਰ, ਤਮਿਲਨਾਡੂ, ਕੇਰਲਾ, ਹਿਮਾਚਲ ਪ੍ਰਦੇਸ਼, ਕਿਹੜੀ ਸਟੇਟ ਸੀਗੀ? ਹੋਤੀ ਤੀ ਆਈ ਐੱਸ ਡ੍ਰੀਮ ਆਪ ਲਗਾਤੇ ਨਹੀਂ ਤੇ ਕਲਾਸ, 8 AM ਹੋਤੀ ਸੀ ਕਲਾਸ, ਔਰ ਅਭੀ ਹੋਤੀ ਹੈ ਮਤਲਬ, ਔਰ ਸ਼ਾਮ ਕੋ 4 PM ਹੋਤੀ ਹੈ ਕਲਾਸ, ਇਹ ਦੋ ਟਾਈਮ ਹੈ ਕਲਾਸਿਸ ਕੇ, ਇਨ ਦੋ ਟਾਈਮ ਹੋਤੀ ਹੈ ਕਲਾਸਿਸ। ਤੋ ਜੀ, ਉੱਤਰ ਪ੍ਰਦੇਸ਼ ਗਵਰਨਮੈਂਟ ਨੇ ਈ ਪੰਚਾਇਤ ਪੁਰਸਕਾਰ ਜਿੱਤਾ ਹੈ, ਇਟ ਵਾਜ਼ ਫੋਲੋਡ ਬਾਏ ਅਸਮ ਐਂਡ ਛੱਤੀਸਗੜ੍ਹ ਸੈਕਿੰਡ ਨੰਬਰ 'ਤੇ, ਔਰ ਥਰਡ ਨੰਬਰ 'ਤੇ ਕੌਣ ਆਇਆ? ਉੜੀਸਾ ਕੇ ਸਾਥ ਕੌਣ? ਤਾਂ ਜੀ ਇਹਦਾ ਆਂਸਰ ਹੋ ਜਾਂਦਾ ਹੈ ਤਮਿਲਨਾਡੂ ਹੋ ਜਾਂਦਾ, ਇਹਦਾ ਆਂਸਰ ਕੀ ਹੋ ਜਾਂਦਾ? ਤਮਿਲਨਾਡੂ ਹੋ ਜਾਂਦਾ ਆਂਸਰ ਇਹਦਾ, ਇਹ ਆਪਾਂ ਯਾਦ ਰੱਖਣਾ ਹੈ। ਚਲੋ, ਤਾਂ ਜੀ ਜੈਪਨੀਜ਼ ਗਵਰਨਮੈਂਟ ਰੀਸੈਂਟਲੀ ਅਵਾਰਡਿਡ ਦਾ ਆਰਡਰ ਆਫ ਦਾ ਰਾਈਜ਼ਿੰਗ ਸਨ ਟੂ ਅ ਬੈਂਗਲੁਰੂ ਬੇਸਡ ਜੈਪਨੀਜ਼ ਟੀਚਰ। ਤਾਂ ਜੀ ਆਰਡਰ ਆਫ ਦਾ ਰਾਈਜ਼ਿੰਗ ਸਨ, ਜਾਪਾਨੀ ਸਰਕਾਰ ਨੇ ਹਾਲ ਹੀ ਵਿੱਚ ਬੈਂਗਲੁਰੂ ਸਥਿਤ ਇੱਕ ਜਾਪਾਨੀ ਅਧਿਆਪਕ ਨੂੰ ਆਰਡਰ ਆਫ ਦਾ ਰਾਈਜ਼ਿੰਗ ਸਨਮਾਨ ਸਨਮਾਨਿਤ ਕੀਤਾ। ਤਾਂ ਕੀ ਨਾਂ ਹੈ ਉਸ ਟੀਚਰ ਦਾ? ਸ਼ੰਕੁੰਤਲਾ, ਹਰਕ ਸਿੰਘ, ਸ਼ਿਆਮਲਾ ਗਣੇਸ਼, ਰਣਜੀਤ ਸਿੰਘ ਡਿਸਾਲੇ, ਜਾਂ ਫਿਰ ਪੀਟਰ ਤਬੀਚੀ? ਦੱਸੋ। ਹਾਂਜੀ, ਆਈ ਐੱਸ ਡ੍ਰੀਮ ਰੋਜ਼ ਹੋਤੀ ਹੈ ਕਲਾਸਿਸ, 8 AM ਔਰ ਸ਼ਾਮ ਕੋ 4 PM ਡੇਲੀ ਕਲਾਸ ਹੋਤੀ ਹੈ, ਸੰਡੇ ਕੋ ਨਹੀਂ ਹੋਤੀ, ਬਸ ਸੰਡੇ ਕੋ ਛੋੜ ਕੇ ਮੰਡੇ ਟੂ ਸੈਟਰਡੇ ਰੋਜ਼ ਕਲਾਸ ਹੋਤੀ ਹੈ। 6 ਮੰਥ ਦੇ CA ਬਹੁਤ ਨੇ ਸਰ, PPSC ਲਈ
80% 70 to 80% ਤੁਹਾਡੇ ਕਵਰ ਹੋ ਜੂਗੇ, ਬਾਕੀ 100% ਉਹੀ ਕਹਿੰਦੇ ਇੱਕ ਸਾਲ ਦੇ ਹੁੰਦੇ ਨੇ। ਤਾਂ ਹੀ ਮੈਂ ਇਹ ਜਿਹੜੇ ਦੇਖ ਰਹੇ ਹੋ ਨਾ ਤੁਸੀਂ, ਜਿਹੜੇ ਅੱਜ ਕੱਲ੍ਹ ਕਲਾਸਾਂ ਚੱਲ ਰਹੀਆਂ ਅਵਾਰਡਸ ਐਂਡ ਰਿਕੋਗਨੀਸ਼ਨ, ਇਹ ਜਨਵਰੀ 2021 ਤੋਂ ਲੈ ਕੇ ਦਸੰਬਰ 2021 ਤੱਕ ਦੇ ਨੇ ਜਿਹੜੇ ਮੈਂ ਕਰਾ ਰਿਹਾ। ਅੱਜ ਅਸੀਂ ਜੂਨ 2021 ਤੱਕ ਅਸੀਂ ਖਤਮ ਕਰ ਲਉਂਗੇ, ਜੂਨ 2021 ਤੱਕ ਦੇ ਅਸੀਂ ਖਤਮ ਕਰ ਲਉਂਗੇ ਅੱਜ, ਅਤੇ ਕੱਲ੍ਹ ਅਤੇ ਪਰਸੋਂ ਵਾਲੀ ਕਲਾਸ ਵਿੱਚ ਜੂਨ ਤੋਂ ਲੈ ਕੇ ਦਸੰਬਰ ਤੱਕ ਦੇ, ਠੀਕ ਹੈ। ਤਾਂ ਜੀ ਇਹਦਾ ਆਂਸਰ ਹੋ ਜਾਂਦਾ ਜੀ ਸ਼ਾਮਲਾ ਗਣੇਸ਼ ਹੋ ਜਾਂਦਾ ਆਂਸਰ। ਮੈਂ ਤੁਹਾਨੂੰ ਦੱਸੂਗਾ ਅੱਗੇ ਅੱਗੇ ਕੀ ਨੇ, ਸ਼ਕੁੰਤਲਾ, ਹਰਕ ਸਿੰਘ, ਰਣਜੀਤ ਸਿੰਘ ਦਸਾਲੇ ਸਾਰੇ ਨਾਂ ਆਉਣਗੇ ਅੱਗੇ, ਟੈਨਸ਼ਨ ਨਾ ਲਓ। ਤਾਂ ਜੀ ਧਿਆਨ ਰੱਖਣਾ ਹੈ ਆਰਡਰ ਆਫ ਦ ਰਾਈਜ਼ਿੰਗ ਸਨ, ਇਹ ਮਿਲਿਆ ਜੀ ਬੈਂਗਲੁਰੂ ਬੇਸਡ ਜੈਪਨੀਜ਼ ਟੀਚਰ ਹੈ ਸ਼ਾਮਲਾ ਗਣੇਸ਼ ਨੂੰ। ਚਲੋ ਤਾਂ ਜੀ ਕ੍ਰਿਤੀ ਕਰੰਥ, ਇਹ ਬਿਕਮਸ ਦ ਫਸਟ ਵੂਮੈਨ ਟੂ ਗੈਟ ਵਾਈਲਡ ਇਨੋਵੇਟਰ ਅਵਾਰਡ। ਤਾਂ ਜੀ ਪਹਿਲੀ ਇੰਡੀਅਨ ਔਰਤ ਬਣੀ, ਪਹਿਲੀ ਇੰਡੀਅਨ ਵੂਮੈਨ ਬਣੀ ਹੈ ਜਿਹਨੂੰ ਵਾਈਲਡ ਇਨੋਵੇਟਰ ਅਵਾਰਡ ਮਿਲਿਆ, ਡਾਕਟਰ ਕ੍ਰਿਤੀ ਕੇ ਕਰੰਥ, ਕੇ ਹੋ ਗਿਆ ਤਾਂ, ਹੈ ਨਾ। ਚੀਫ ਕੰਜ਼ਰਵੇਸ਼ਨ ਸਾਇੰਟਿਸਟ ਐਟ ਬੈਂਗਲੁਰੂ ਬੇਸਡ ਸੈਂਟਰ ਫਾਰ ਵਾਈਲਡ ਲਾਈਫ ਸਟੱਡੀਜ਼ ਹੈਜ਼ ਬੀਨ ਚੋਜ਼ਨ ਐਜ਼ ਦ ਫਸਟ ਇੰਡੀਅਨ ਐਂਡ ਏਸ਼ੀਅਨ ਵੂਮੈਨ ਫਾਰ ਦ 2021 ਦਾ ਵਾਈਲਡ ਇਨੋਵੇਟਰ ਅਵਾਰਡ। ਅਵਾਰਡ ਦਿੰਦਾ ਕੌਣ ਹੈ? ਵਾਈਲਡ ਐਲੀਮੈਂਟਸ ਫਾਊਂਡੇਸ਼ਨ ਦਿੰਦੀ ਹੈ। ਤਾਂ ਜੀ ਆ ਕੀ ਹੋਇਆ, ਤਾਂ ਜੀ ਪਹਿਲੀ ਵੂਮੈਨ ਬਣੀ ਹੈ, ਪਹਿਲੀ ਇੰਡੀਅਨ ਵੂਮੈਨ ਬਣੀ ਹੈ ਜਿਹਨੂੰ ਮਿਲਿਆ ਵਾਈਲਡ ਇਨੋਵੇਟਰ ਅਵਾਰਡ। ਕੰਮ ਕਿੱਥੇ ਕਰਦੀ ਹੈ ਇਹ? ਬੈਂਗਲੁਰੂ ਬੇਸਡ ਸੈਂਟਰ ਫਾਰ ਵਾਈਲਡ ਲਾਈਫ ਸਟੱਡੀਜ਼ ਵਿੱਚ ਕੰਮ ਕਰਦੀ ਹੈ, ਇਹ ਗੱਲ ਅਸੀਂ ਧਿਆਨ ਰੱਖਣਾ, ਠੀਕ ਹੈ ਜੀ। ਹਿਮਾਂਸ਼ੂ ਪੇਪਰ ਕਿਹੜਾ, ਪਹਿਲਾਂ ਪੇਪਰ ਦੱਸੋ ਕਿਹੜਾ ਹੈ। ਤਾਂ ਜੀ ਇਹ ਹੋ ਜਾਂਦੇ ਹੁਣ ਇੰਪੋਰਟੈਂਟ ਲੋਰੀਅਸ ਸਪੋਰਟਸ ਅਵਾਰਡ ਹੋ ਜਾਂਦੇ ਆ, ਇਹ ਤੁਹਾਨੂੰ ਕਰਨੇ ਹੀ ਪੈਣੇ ਨੇ। ਸਪੋਰਟਸਮੈਨ ਆਫ ਦਾ ਈਅਰ, ਇਹ ਤੁਹਾਡੇ PSPCL 'ਚ ਪੁੱਛਿਆ ਗਿਆ ਸੀ, ਰਾਫੇਲ ਨਡਾਲ। ਸਪੋਰਟਸ ਵੂਮੈਨ ਨਾਓਮੀ ਓਸਾਕਾ ਸਪੇਨ, ਇਹ ਜਪਾਨ ਤੋਂ। ਬਾਇਰਨ ਮਿਊਨਿਕ ਜਰਮਨੀ ਦੀ ਟੀਮ ਹੈ, ਬੇਸਿਕ ਜੇ। ਬ੍ਰੇਕ ਥਰੂ ਆਫ ਦਾ ਈਅਰ ਕੋਈ ਲੋਡ ਨਹੀਂ, ਕਮਬੈਕ ਆਫ ਦ ਈਅਰ ਮੈਕਸ ਪੈਰਟ, ਸਪੋਰਟ ਫਾਰ ਗੁੱਡ ਅਵਾਰਡ ਕਿੱਕ ਫਾਰ ਮੋਰ ਬਾਏ ਕਿੱਕ ਫੇਅਰ, ਲਾਈਫ ਟਾਈਮ ਅਚੀਵਮੈਂਟ ਅਵਾਰਡ ਬਿਲੀ ਜੀਨ ਕਿੰਗ, ਅਥਲੀਟ ਐਡਵੋਕੇਟ ਆਫ ਦ ਈਅਰ ਲੂਇਸ ਹੈਮਿਲਟਨ। ਇਹ ਜਿਹੜੇ ਕੁਛ ਨੇ ਨਾ ਫੇਮਸ ਨਾਮ ਜਿਹੜੇ ਬਹੁਤ ਜ਼ਿਆਦਾ ਆਉਂਦੇ ਨੇ ਖਬਰਾਂ ਵਿੱਚ, ਇਹ ਸਾਡੇ ਲਈ ਜ਼ਰੂਰੀ ਹੋ ਜਾਂਦੇ ਨੇ। ਲੂਇਸ ਹੈਮਿਲਟਨ ਜਿੱਦਾਂ UK ਤੋਂ ਨੇ, ਹੈ ਨਾ। ਫਿਰ ਮੁਹੰਮਦ ਸਲਾਹ, ਇਹ ਲਿਵਰਪੂਲ ਦੀ ਟੀਮ ਤੋਂ ਖੇਡਦੇ ਨੇ, ਅਤੇ ਸਪੋਰਟਿੰਗ ਮੂਮੈਂਟ ਆਫ ਦ ਈਅਰ ਕ੍ਰਿਸ ਨਿਕਿਚ। ਤਾਂ ਜੀ ਇਹ ਕੁਛ ਅਵਾਰਡ ਨੇ, ਜ਼ਰੂਰੀ ਨੇ। ਲੋਰੀਅਸ ਸਪੋਰਟਸ ਅਵਾਰਡ ਕਿੱਥੇ ਹੋਏ ਸੀਗੇ? ਸਿਵਿਲ ਸਪੇਨ ਵਿੱਚ ਹੋਏ ਸੀਗੇ, ਸਪੇਨ ਵਿੱਚ ਹੋਏ ਸੀਗੇ। ਸਭ ਤੋਂ ਪਹਿਲਾਂ ਕਿਹਨੂੰ ਮਿਲਿਆ ਸੀ? ਇੰਡੀਆ ਵੱਲੋਂ, ਇੰਡੀਆ ਵੱਲੋਂ ਮਿਲਿਆ ਸੀ ਸਚਿਨ ਤੇਂਦੁਲਕਰ ਨੂੰ, ਇਹ ਗੱਲ ਵੀ ਅਸੀਂ ਧਿਆਨ ਰੱਖਾਂਗੇ ਨਾਲ ਹੀ, ਠੀਕ ਹੈ ਜੀ। ਚਲੋ, ਹੂ ਹੈਜ਼ ਬੀਨ ਨੇਮਡ ਐਜ਼ ਦ 2021 ਦਾ ਲੋਰੀਏਟ ਫਾਰ ਯੂਨੈਸਕੋ ਗੁਲਿਰਮੋ ਕੈਨੋ ਵਰਲਡ ਪ੍ਰੈਸ ਫਰੀਡਮ ਪ੍ਰਾਈਜ਼? ਇਹ ਤਾਂ ਇੰਨੀ ਵਾਰੀ ਮੈਂ ਸਵਾਲ ਕਰਾਤਾ, ਤੁਹਾਨੂੰ ਸਹੀ ਹੋਣਾ ਹੀ ਚਾਹੀਦਾ ਤੁਹਾਡਾ। ਗੀਤਾ ਮਿੱਤਲ, ਗੀਤਾ ਗੋਪੀਨਾਥ, ਮਾਰੀਆ ਰੈਸਾ ਜਾਂ ਫਿਰ ਸੁੰਦਰ ਲਾਲ ਬਹੁਗੁਣਾ? ਮੇਰੀ ਇੱਕ ਤੁਸੀਂ ਰਿਕੁਐਸਟ ਹੈ, ਇੱਕ ਐਡਵਾਈਸ ਵੀ ਹੈ, ਕਿ ਸਵੇਰੇ 8 ਵਜੇ ਵਾਲੀ ਕਲਾਸ ਵੀ ਲਾਓ ਅਤੇ ਸ਼ਾਮੀ 4 ਵਜੇ ਵਾਲੀ ਕਲਾਸ ਵੀ ਲਾਓ। ਸਵੇਰ ਵਾਲੀ ਕਲਾਸ 'ਚ ਕੀ ਹੁੰਦਾ? ਡੇਲੀ ਕਰੰਟ ਅਫੇਅਰ ਦੇ ਆਪਾਂ ਅਨਾਲਿਸਿਸ ਕਰਦੇ ਹਾਂ ਪ੍ਰੋਪਰ ਤਸੱਲੀ ਨਾਲ, ਡੀਟੇਲ ਵਿੱਚ, ਅਤੇ ਸ਼ਾਮੀ ਕਰੰਟ ਅਫੇਅਰ ਦੀ ਇੱਕ ਤਾਂ ਰਿਵੀਜ਼ਨ ਹੋ ਜਾਂਦੀ ਹੈ ਤੁਹਾਡੀ, ਦੂਜਾ ਤੁਹਾਨੂੰ ਥੋੜ੍ਹਾ ਜਿਹਾ ਸਟੈਟਿਕ GK ਵੀ ਮਿਲ ਜਾਂਦਾ। ਹੁਣ ਜਿੱਦਾਂ ਕਿ ਅੱਜ ਤਰੀਕ ਹੋ ਗਈ 4, ਹੁਣ 5 ਅਤੇ 6 ਨੂੰ ਵੀ ਇੱਦਾਂ ਹੀ ਇਹ ਅਵਾਰਡਸ ਹੀ ਚੱਲਣੇ, ਅਵਾਰਡਸ ਹੀ ਚੱਲੂਗੇ 5 ਅਤੇ 6 ਨੂੰ ਵੀ, ਅਤੇ ਫਿਰ 7 ਤਰੀਕ ਨੂੰ ਆਪਾਂ ਲੈ ਕੇ ਆ ਰਹੇ ਬਜਟ। ਬਜਟ ਦੇ ਜਿਹੜੇ ਮੋਸਟ ਇੰਪੋਰਟੈਂਟ ਕੁਐਸਚਨ ਨੇ, ਮੋਸਟ ਇੰਪੋਰਟੈਂਟ ਕੁਐਸਚਨ ਲੈ ਕੇ ਆ ਰਹੇ ਨੇ ਬਜਟ ਦੇ। ਤਾਂ ਜੀ ਦੇਖੋ, 4 ਵਜੇ ਵਾਲੀ ਕਲਾਸ ਹੁਣ ਸ਼ੇਅਰ ਕਰਨੀ ਸ਼ੁਰੂ ਕਰ ਦਿਓ ਯਾਰਾਂ ਬੇਲੀਆਂ ਨਾਲ। ਤੁਹਾਨੂੰ ਪਤਾ ਹੀ ਸਟੈਟਿਕ GK ਬਹੁਤ ਜ਼ਿਆਦਾ ਕਵਰ ਹੋਣ ਲੱਗਿਆ ਅੱਜ ਕੱਲ੍ਹ, ਪੇਪਰਾਂ 'ਚ ਕਾਫੀ ਆਉਣ ਲੱਗਿਆ, ਅਤੇ ਬਜਟ ਤੁਹਾਨੂੰ ਪਤਾ ਹੈ ਵਨ ਆਫ ਦ ਮੋਸਟ ਇੰਪੋਰਟੈਂਟ ਚੀਜ਼ਾਂ ਹੈ, ਜੋ ਇੱਕ ਹੈ ਬਜਟ ਜਿਹੜਾ ਹੋਊਗਾ 2021-22 ਦਾ। ਹੁਣ ਦੇਖੋ, ਨਵਾਂ ਆਉਣ ਵਾਲਾ ਵੈਸੇ ਫਰਵਰੀ 'ਚ ਆਊਗਾ, ਬਟ ਜਿਨ੍ਹਾਂ ਦੇ ਪੇਪਰ ਪਹਿਲਾਂ ਹੋ ਜੂਗੇ ਉਹਨਾਂ ਲਈ ਬਜਟ ਬਹੁਤ ਜ਼ਰੂਰੀ ਹੋ ਜੂਗਾ, ਜਿੱਦਾਂ ਕਿ ਬਹੁਤ ਸਾਰੇ ਪੇਪਰ ਹੋ ਰਹੇ ਨੇ, ਤਾਂ ਤੁਸੀਂ ਧਿਆਨ ਰੱਖਣੀ ਇਹ ਚੀਜ਼, ਹੈ ਨਾ। ਸੰਗਰੂਰ ਡਿਸਟ੍ਰਿਕਟ ਕੋਰਟ ਦੀ ਕਲਰਕ ਦੀ ਪੋਸਟ ਹੈ। ਫਿਰ ਹਿਮਾਂਸ਼ੂ, ਇੱਦਾਂ ਕਰੋ, ਤੁਸੀਂ ਪਿਛਲੇ 6 ਮਹੀਨੇ ਦੇ ਲੈ ਕੇ ਚੱਲੋ, ਜੁਲਾਈ ਤੋਂ ਲੈ ਕੇ ਦਸੰਬਰ ਤੱਕ ਦੇ ਕਰ ਲਓ, ਜੁਲਾਈ ਤੋਂ ਲੈ ਕੇ ਦਸੰਬਰ ਤੱਕ ਦੇ ਕਰਕੇ ਚੱਲੋ। ਫਿਰ ਤੁਸੀਂ ਤੁਹਾਡੇ ਲਈ, ਮਤਲਬ ਕੱਲ੍ਹ ਅਤੇ ਪਰਸੋਂ ਵਾਲੀ ਕਲਾਸ ਹੈ ਬਹੁਤ ਜ਼ਰੂਰੀ ਹੋ ਜੂਗੀ, ਮਤਲਬ ਕਿ 5 ਅਤੇ 6 ਜਨਵਰੀ ਦੀ ਜਿਹੜੀ ਤੁਹਾਡੀ 4 PM ਵਾਲੀ ਕਲਾਸ ਹੈ ਬਹੁਤ ਜ਼ਰੂਰੀ ਹੋ ਜੂਗੀ, ਕਿਉਂਕਿ ਕੱਲ੍ਹ ਅਤੇ ਪਰਸੋਂ ਆਪਾਂ ਕਰਾਂਗੇ ਜੂਨ ਤੋਂ ਲੈ ਕੇ ਦਸੰਬਰ 2021 ਦੇ ਸਾਰੇ ਅਵਾਰਡਸ ਦੀ ਰਿਵੀਜ਼ਨ। ਤਾਂ ਜੀ ਇਹ ਕਲਾਸ ਜ਼ਰੂਰ ਲਾਇਓ। ਓਕੇ ਸਰ ਜੀ, ਉਹ ਡੇਰੀ ਹੈ, ਚਲੋ ਅੱਗੇ ਚੱਲਦੇ। ਇਹਦਾ ਆਂਸਰ ਹੋ ਜਾਂਦਾ ਜੀ ਮਾਰੀਆ ਰੈਸਾ ਹੋ ਜਾਂਦਾ ਹੈ। ਦ ਪ੍ਰਾਈਜ਼ ਵਾਜ਼ ਨੇਮਡ ਆਫਟਰ ਗੁਲਿਰਮੋ ਕੈਨੋ ਇਸਾਦਾ, ਦ ਕੋਲੰਬੀਅਨ ਜਰਨਲਿਸਟ। ਤਾਂ ਮਾਰੀਆ ਰੈਸਾ ਹੈ, ਮੈਂ ਬਹੁਤ ਵਾਰੀ ਕਰਾਤਾ ਸਵਾਲ, ਤੁਹਾਨੂੰ ਭੁੱਲਣਾ ਨਹੀਂ ਚਾਹੀਦਾ ਹੋਣਾ। ਯੂਨੈਸਕੋ ਗੁਲਿਰਮੋ ਕੈਨੋ ਵਰਲਡ ਪ੍ਰੈਸ ਫਰੀਡਮ ਪ੍ਰਾਈਜ਼, ਅਤੇ ਪ੍ਰਾਈਜ਼ ਵਾਜ਼ ਨੇਮਡ ਆਫਟਰ ਗੁਲਿਰਮੋ ਕੈਨੋ ਇਸਾਦਾ, ਦ ਕੋਲੰਬੀਅਨ ਜਰਨਲਿਸਟ। ਚਲੋ ਫਿਰ ਜੀ, ਫਾਰਮਰ ਚੀਫ ਜਸਟਿਸ ਆਫ ਜੰਮੂ ਐਂਡ ਕਸ਼ਮੀਰ ਹਾਈ ਕੋਰਟ ਜਸਟਿਸ ਕੀ ਹੈਜ਼ ਬੀਨ ਡਿਕਲੇਅਰਡ ਐਜ਼ ਵਨ ਆਫ ਦ 2 ਰੈਸੀਪੀਐਂਟਸ ਆਫ ਦ ਅਰਲਾਈਨ ਪੈਕਟ ਗਲੋਬਲ ਵਿਜ਼ਨ ਅਵਾਰਡ ਫਾਰ 2021। ਜੰਮੂ ਅਤੇ ਕਸ਼ਮੀਰ ਹਾਈਕੋਰਟ ਦੇ ਸਾਬਕਾ ਚੀਫ ਜਸਟਿਸ, ਜਸਟਿਸ ਕਿਨੂੰ, ਨੂੰ 2021 ਲਈ ਅਰਲਾਈਨ ਪੈਕਟ ਗਲੋਬਲ ਵਿਜ਼ਨ ਅਵਾਰਡ ਦੇ 2 ਪ੍ਰਾਪਤ ਕਰਤਾਵਾਂ ਵਿੱਚੋਂ ਇੱਕ ਵਜੋਂ ਘੋਸ਼ਿਤ ਕੀਤਾ ਗਿਆ ਹੈ। ਪੰਕਜ ਮਿੱਤਲ, ਐਨਵੀ ਰਮਾਨਾ, ਮੁਹੰਮਦ ਯਾਕੂਬ ਜਾਂ ਫਿਰ ਗੀਤਾ ਮਿੱਤਲ, ਦੱਸੋ। ਸਰ ਬਜਟ ਇੰਡੀਆ ਕਾ ਕਿਆ ਕਿਆ ਕਵਰ ਕਰਵਾਓਗੇ ਕਿਆ ਆਪ?
ਜਿਹੜੇ ਜਿਹੜੇ ਇੰਪੋਰਟੈਂਟ ਕੁਐਸਚਨ ਹੋ ਗਏ ਬਜਟ ਦੇ ਰਿਲੇਟਡ ਹੋ ਗਏ, ਬਜਟ ਬਜਟ ਦੇ ਰਿਲੇਟਡ ਜੋ ਕੁਝ ਵੀ ਹੋ ਗਿਆ, ਸ਼ੁਰੂ ਕਦੋਂ ਹੋਇਆ ਹੈ ਨਾ, ਆਨਲਾਈਨ ਬਜਟ ਕਦੋਂ ਤੋਂ ਸ਼ੁਰੂ ਹੋ ਗਿਆ, ਜਿਹੜੇ ਜਿਹੜੇ ਇੰਪੋਰਟੈਂਟ ਜਿਹੜੇ ਫਿਗਰਸ ਨੇ, ਫਿਗਰ ਤਾਂ ਮਤਲਬ ਹੋ ਜਾਂਦਾ ਵੀ ਜਿੱਦਾਂ ਡਿਸਇਨਵੈਸਟਮੈਂਟ ਟਾਰਗੇਟ ਇਸ ਵਾਰੀ ਦਿੱਤਾ ਪਹਿਲੀ ਵਾਰੀ, ਡਿਸਇਨਵੈਸਟਮੈਂਟ ਟਾਰਗੇਟ ਹੋ ਗਿਆ, ਇੰਪੋਰਟੈਂਟ ਇੰਪੋਰਟੈਂਟ ਸੈਸ਼ਨ ਜਿੱਦਾਂ ਕਿ ਮਗਨਰੇਗਾ ਵਿੱਚ ਕਿੰਨਾ ਪੈਸਾ ਇਨਵੈਸਟ ਹੋ ਰਿਹਾ ਹੈ, ਠੀਕ ਹੈ ਜੀ, ਸਵੱਛ ਭਾਰਤ ਅਭਿਆਨ ਵਿੱਚ ਕਿੰਨਾ ਹੋ ਰਿਹਾ, ਤਾਂ ਇਹ ਗੱਲਾਂ ਹੋਣਗੀਆਂ, ਇਹ ਸਭ ਆਪਾਂ ਕਰਾਂਗੇ, ਠੀਕ ਹੈ ਜੀ। ਕੱਲ੍ਹ ਪਹਿਲ ਕੱਲ੍ਹ ਇੰਡੀਆ ਪਰਸੋਂ ਦੱਸੋ ਸੋਰੀ 7 ਤਰੀਕ ਨੂੰ ਇੰਡੀਆ ਦਾ ਸੋਰੀ ਤਾਂ ਜੀ 7 ਤਰੀਕ ਨੂੰ ਇੰਡੀਆ ਦਾ ਬਜਟ ਹੋਊਗਾ। ਜੇ ਕੀ ਕਹਿੰਦੇ ਆ ਬੱਚਿਆਂ ਦਾ ਰਿਸਪੋਂਸ ਵਧੀਆ ਰਹਿੰਦਾ, ਬੱਚੇ ਵਧੀਆ ਆਉਂਦੇ ਨੇ, ਤਾਂ ਆਪਾਂ ਫਿਰ 8 ਤਰੀਕ ਨੂੰ ਹੀ ਆਪਾਂ ਪੰਜਾਬ ਦਾ ਬਜਟ ਵੀ ਕਰ ਦੋਗੇ, ਠੀਕ ਹੈ। ਦੁਬਾਰੇ ਕਹਿੰਦਾ ਜੇ 7 ਤਰੀਕ ਨੂੰ ਇੰਡੀਆ ਦਾ ਬਜਟ ਹੈ, ਜੇ ਉਹਦੇ ਵਿੱਚ ਰਿਸਪੋਂਸ ਵਧੀਆ ਆਉਂਦਾ ਹੈ, ਬੱਚੇ ਜ਼ਿਆਦਾ ਆ ਜਾਂਦੇ ਨੇ, ਤਾਂ ਆਪਾਂ 8 ਤਰੀਕ ਨੂੰ ਹੀ ਪੰਜਾਬ ਦਾ ਬਜਟ ਵੀ ਕਰ ਦੋਗੇ। ਚਲੋ ਤਾਂ ਜੀ ਇਹਦਾ ਆਂਸਰ ਹੋ ਜਾਂਦਾ ਜੀ ਗੀਤਾ ਮਿੱਤਲ, ਸ਼ੀ ਸ਼ੇਅਰਡ ਦਿਸ ਓਨਰ ਵਿਦ ਮਾਰਗਰੀਟਾ ਲੂਨਾ ਰੈਮੋਸ ਫਰੋਮ ਮੈਕਸੀਕੋ। ਇਹ ਗੱਲ ਧਿਆਨ ਰੱਖਣੀ ਹੈ, ਅਵਾਰਡ ਦਾ ਨਾਂ ਕੀ ਹੈ, ਆਰਲਾਈਨ ਪੈਕ ਗਲੋਬਲ ਵਿਜ਼ਨ ਅਵਾਰਡ ਫੋਰ 2021 ਹੈ। ਗੀਤਾ ਮਿੱਤਲ ਪੁਰਾਣੀ ਜੇ ਐਂਡ ਕੇ ਹਾਈਕੋਰਟ ਦੀ ਚੀਫ ਜਸਟਿਸ, ਅਤੇ ਇਹਨਾਂ ਨੇ ਅਵਾਰਡ ਸ਼ੇਅਰ ਕੀਤਾ ਮਾਰਗਰੀਟਾ ਲੂਨਾ ਰਾਮੋਸ, ਕਿੱਥੋਂ ਨੇ ਇਹ, ਮੈਕਸੀਕੋ ਤੋਂ ਨੇ। ਇਹ ਗੱਲ ਅਸੀਂ ਧਿਆਨ ਰੱਖਾਂਗੇ। ਚਲੋ ਤਾਂ ਜੀ ਡਾਕਟਰ ਤਾਹਿਰਾ ਕੁਤਬੁੱਦੀਨ ਫਸਟ ਇੰਡੀਅਨ ਟੂ ਵਿਨ ਅਰਬ ਵਰਲਡ ਨੋਬਲ ਪ੍ਰਾਈਜ਼। ਆਹ ਦੇਖ ਲਓ ਅਰਬ ਵਰਲਡ ਦਾ ਨੋਬਲ ਪ੍ਰਾਈਜ਼, ਤੁਹਾਡੇ ਕੋਲੋਂ ਸਿੱਧਾ ਸਵਾਲ ਆ ਸਕਦਾ ਵੀ ਅਰਬ ਵਰਲਡ ਦਾ ਨੋਬਲ ਪ੍ਰਾਈਜ਼ ਕਿਹਨੂੰ ਕਿਹਾ ਜਾਂਦਾ ਹੈ, ਤਾਂ ਉਹ ਕਿਹਾ ਜਾਂਦਾ ਹੈ ਸ਼ੇਖ ਜ਼ਾਇਦ ਬੁੱਕ ਅਵਾਰਡ ਨੂੰ। ਮੁੰਬਈ ਬੌਰਨ ਤਾਹਿਰਾ ਕੁਤਬੁੱਦੀਨ ਅ ਪ੍ਰੋਫੈਸਰ ਆਫ ਅਰੇਬਿਕ ਲਿਟਰੇਚਰ ਐਟ ਯੂਨੀਵਰਸਿਟੀ ਆਫ ਸ਼ਿਕਾਗੋ ਰੀਸੈਂਟਲੀ ਬਿਕੇਮ ਦ ਫਸਟ ਪਰਸਨ ਆਫ ਇੰਡੀਅਨ ਓਰੀਜਿਨ ਟੂ ਵਿਨ ਦ 15th ਸ਼ੇਖ ਜ਼ਾਇਦ ਬੁੱਕ ਅਵਾਰਡ। ਇਹਨੂੰ ਕੀ ਕਿਹਾ ਜਾਂਦਾ ਹੈ, ਅਰਬ ਵਰਲਡ ਦਾ ਨੋਬਲ ਪ੍ਰਾਈਜ਼ ਕਿਹਾ ਜਾਂਦਾ ਹੈ ਕਿਹਨੂੰ, ਸ਼ੇਖ ਜ਼ਾਇਦ ਬੁੱਕ ਅਵਾਰਡ ਨੂੰ। ਅਵਾਰਡ ਇਜ਼ ਕੰਸੀਡਰਡ ਟੂ ਬੀ ਨੋਬਲ ਪ੍ਰਾਈਜ਼ ਆਫ ਦ ਅਰਬ ਵਰਲਡ, ਜਿੱਦਾਂ ਮੈਂ ਕਹਿ ਚੁੱਕਾ ਪਹਿਲਾਂ ਹੀ। ਸ਼ੀ ਵਨ ਦਾ ਅਵਾਰਡ ਫੋਰ ਅਰ ਲੇਟੈਸਟ ਬੁੱਕ, ਕੀ ਨਾ ਬੁੱਕ ਦਾ, ਅਰੇਬਿਕ ਓਰੇਸ਼ਨ ਆਰਟ ਐਂਡ ਫੰਕਸ਼ਨ ਪਬਲਿਸ਼ਡ ਬਾਏ ਬ੍ਰਿਲ ਅਕੈਡਮੀ। ਇਹ ਸਾਨੂੰ ਪੜ੍ਹਨ ਦੀ ਲੋੜ ਨਹੀਂ ਹੈ, ਬੁੱਕ ਦਾ ਨਾਂ ਯਾਦ ਰੱਖਣਾ ਹੈ ਅਰੇਬਿਕ ਓਰੇਸ਼ਨ ਆਰਟ ਐਂਡ ਫੰਕਸ਼ਨ। ਨਾਂ ਕੀ ਹੋ ਜਾਂਦਾ, ਤਾਹਿਰਾ ਕੁਤਬੁੱਦੀਨ ਹੋ ਜਾਂਦਾ, ਪਹਿਲੀ ਇੰਡੀਅਨ ਬਣ ਜਾਂਦੀ ਹੈ। ਕਿਹੜਾ ਅਵਾਰਡ ਜਿੱਤਿਆ, ਸ਼ੇਖ ਜ਼ਾਇਦ ਬੁੱਕ ਅਵਾਰਡ ਜਿੱਤਿਆ, ਅਤੇ ਕੀ ਕਿਹਾ ਜਾਂਦਾ ਇਹਨੂੰ, ਨੋਬਲ ਪ੍ਰਾਈਜ਼ ਆਫ ਦਾ ਅਰਬ ਵਰਲਡ ਕਿਹਾ ਜਾਂਦਾ, ਠੀਕ ਹੈ। ਚਲੋ ਹਾਂਜੀ, ਹੂ ਹੈਜ਼ ਵਨ ਦਾ FIH ਇੰਡੀਅਨ ਹਾਕੀ ਫੈਡਰੇਸ਼ਨ ਵੂਮੈਨਸ ਹਾਕੀ ਪਲੇਅਰ ਆਫ ਦਾ ਈਅਰ ਅਵਾਰਡ। ਇਹ ਮੈਂ ਤੁਹਾਨੂੰ ਪਹਿਲਾਂ ਕਰਾ ਚੁੱਕਿਆ, ਇਹ ਸਵਿਤਾ ਪੂਨੀਆ, ਰਾਣੀ ਰਾਮਪਾਲ, ਨਵਜੋਤ ਕੌਰ ਜਾਂ ਫਿਰ ਗੁਰਜੀਤ ਕੌਰ, ਕਿਹਨੂੰ ਬਣਾਇਆ ਗਿਆ ਹੈ FIH ਦਾ ਵੂਮੈਨ ਹਾਕੀ ਪਲੇਅਰ ਆਫ ਦਾ ਅਵਾਰਡ ਦਿੱਤਾ ਗਿਆ, ਕਿਹਨੂੰ ਦਿੱਤਾ ਗਿਆ ਇਹ, ਸਵਿਤਾ ਪੂਨੀਆ, ਰਾਣੀ ਰਾਮਪਾਲ, ਨਵਜੋਤ ਕੌਰ ਜਾਂ ਫਿਰ ਗੁਰਜੀਤ ਕੌਰ, ਦੱਸੋ ਕਿਹਨੂੰ ਦਿੱਤਾ ਗਿਆ ਇਹ ਅਵਾਰਡ। ਰਮੇਸ਼ ਸਿੰਘ ਕੀ ਬਾਤ ਕਰ ਰਹੇ, IAS ਡ੍ਰੀਮ, ਅਗਰ ਆਪਣੇ ਜੇ ਤੁਸੀਂ ਉਹ ਪੜ੍ਹ ਲਿਆ NCERT ਪੜ੍ਹ ਲਈ, ਉਹ ਤੋਂ ਬਾਅਦ ਛੇੜੋ ਇਹਨੂੰ ਰਮੇਸ਼ ਸਿੰਘ, ਵੈਸੇ ਛੇੜਨ ਕੇ ਕੋਈ ਫਾਇਦਾ ਨਹੀਂ ਹੈ। ਤਾਂ ਜੀ ਬਿਲਕੁਲ ਠੀਕ ਹੋ ਜਾਂਦਾ, ਆਂਸਰ ਹੋ ਜਾਂਦਾ ਰਾਣੀ ਰਾਮਪਾਲ। ਅਤੇ ਜੇ ਤੁਹਾਡੇ ਤੋਂ ਪੁੱਛਿਆ ਜਾਵੇ ਕਿ ਮੈਨ ਹਾਕੀ ਪਲੇਅਰ ਆਫ ਦਾ ਈਅਰ ਕਿਹਨੂੰ ਮਿਲਿਆ, ਉਹ ਮਿਲਿਆ ਜੀ ਸੰਦੇਸ਼ ਝਿੰਗਨ। ਇਹ ਵੀ ਗੱਲ ਅਸੀਂ ਧਿਆਨ ਰੱਖਣੀ ਹੈ, ਬਹੁਤ ਇੰਪੋਰਟੈਂਟ ਗੱਲ ਹੈ, ਸੰਦੇਸ਼ ਝਿੰਗਨ ਨੂੰ ਮਿਲਿਆ ਇਹ ਅਵਾਰਡ, ਜੇ ਆਪਾਂ ਮੈਨ ਦੀ ਗੱਲ ਕਰੀਏ, ਠੀਕ ਹੈ। ਚਲੋ ਫਿਰ ਜੀ ਆ ਗਈ ਸ਼ਕੁੰਤਲਾ ਹਰਕ ਸਿੰਘ, ਤੁਹਾਨੂੰ ਯਾਦ ਹੋਵੇ ਪਿੱਛੇ ਕਰਾਇਆ ਸੀ, ਸ਼ਕੁੰਤਲਾ ਹਰਕ ਸਿੰਘ ਆਫ ਇੰਡੀਅਨ ਓਰੀਜਿਨ ਰਿਸੀਵਡ ਦ ਵਰਲਡ ਫੂਡ ਅਵਾਰਡ 2021। ਤਾਂ ਜੀ ਸ਼ਕੁੰਤਲਾ ਹਰਕ ਸਿੰਘ ਨੂੰ ਮਿਲਿਆ ਸੀ, ਇਹ ਜ਼ਿਆਦਾ ਕੁਝ ਇਹਦੇ ਪੜ੍ਹਨ ਵਾਲਾ ਹੈ ਨਹੀਂ, ਬਸ ਨਾਂ ਯਾਦ ਰੱਖਣ ਦੀ ਕੋਸ਼ਿਸ਼ ਕਰਨੀ ਹੈ, ਵਾਰ ਵਾਰ ਰਿਪੀਟਡ ਰਿਵੀਜ਼ਨਸ ਕਰਕੇ 2x 'ਤੇ ਵੀਡੀਓ ਜ਼ਰੂਰ ਦੇਖਿਆ ਕਰੋ, ਇੱਕ ਵਾਰ ਦੇਖਣ ਤੋਂ ਬਾਅਦ ਵੀਡੀਓ ਨੂੰ 2x 'ਤੇ ਦੇਖਿਆ ਕਰੋ, ਉਹ ਤੋਂ ਕੀ ਹੁੰਦਾ, ਤੁਹਾਡੀ ਰਿਵੀਜ਼ਨ ਹੋ ਜਾਂਦੀ ਛੇਤੀ, ਹੈ ਨਾ। ਤਾਂ ਜੀ ਸ਼ਕੁੰਤਲਾ ਹਰਕ ਸਿੰਘ ਨੂੰ ਮਿਲਿਆ ਵਰਲਡ ਫੂਡ ਅਵਾਰਡ 2021 ਲਈ। ਚਲੋ ਫਿਰ ਡੈਸ਼ ਹੈਜ਼ ਬੀਨ ਕਨਫਰਡ ਵਿਦ ਦ ਗ੍ਰੀਨ ਊਰਜਾ ਅਵਾਰਡ ਫੋਰ ਬੀਇੰਗ ਦ ਲੀਡਿੰਗ ਪਬਲਿਕ ਇੰਸਟੀਟਿਊਸ਼ਨ ਇਨ ਫਾਈਨੈਂਸਿੰਗ ਇੰਸਟੀਟਿਊਸ਼ਨ ਫੋਰ ਰਿਨਿਊਏਬਲ ਐਨਰਜੀ ਦਿਸ ਈਅਰ ਬਾਏ ਦ ਇੰਡੀਅਨ ਚੇਂਬਰ ਆਫ ਕਾਮਰਸ। ਤਾਂ ਜੀ ਹੁਣ ਦੇਖੋ ਗੱਲਾਂ ਕੀ ਨੇ, ਪਹਿਲੀ ਗੱਲ ਹੋ ਰਹੀ ਹੈ ਵੀ ਰੀਨਿਊਏਬਲ ਐਨਰਜੀ ਲਈ ਅਵਾਰਡ ਮਿਲਿਆ, ਤਾਂ ਜੀ ਇਹਦੇ ਅੰਦਰ ਦੇਖੋ ਥਰਮਲ ਤਾਂ ਹੋਊਗਾ ਨਹੀਂ, ਹੈ ਨਾ, ਰੀਨਿਊਏਬਲ ਤਾਂ ਹੋ ਨਹੀਂ ਸਕਦਾ, ONGC ਹੋ ਸਕਦਾ ਪਤਾ ਨਹੀਂ, IRED ਹੋ ਸਕਦਾ ਪਤਾ ਨਹੀਂ, ਸਤਲੁਜ ਜਲ ਵਿਦਯੁਤ ਨਿਗਮ ਵੀ ਨਹੀਂ ਹੋਊਗਾ, ਤਾਂ ਇਹਨਾਂ ਦੋਨਾਂ ਵਿੱਚੋਂ ਅੰਤਰ ਹੋਊਗਾ ਕੀ ਹੋਊਗਾ, ONGC ਤਾਂ ਸ਼ੱਕ ਹੈ ਫਿਰ ਮੈਨੂੰ ਇਹ 'ਤੇ, ਇੱਦਾਂ ਕਰਾਂਗੇ ਆਂਸਰ ਹੋ ਜਾਂਦਾ ਸਾਡਾ IRED ਹੈ, ਮਤਲਬ ਕਿ ਇੰਡੀਅਨ ਰੀਨਿਊਏਬਲ ਐਨਰਜੀ ਡਿਵੈਲਪਮੈਂਟ ਏਜੰਸੀ ਲਿਮਿਟਿਡ। ਦੇਖੋ ਕਿੰਨਾ ਸੌਖਾ ਹੋ ਗਿਆ, ਗ੍ਰੀਨ ਊਰਜਾ ਅਵਾਰਡ ਕਾਹਦੇ ਲਈ ਮਿਲਿਆ, ਫਾਈਨੈਂਸਿੰਗ ਇੰਸਟੀਟਿਊਸ਼ਨ ਫੋਰ ਰੀਨਿਊਏਬਲ ਐਨਰਜੀ ਲਈ, ਅਤੇ ਮਿਲਿਆ ਕਿਹਨੂੰ, ਇੰਡੀਅਨ ਰੀਨਿਊਏਬਲ ਐਨਰਜੀ ਡਿਵੈਲਪਮੈਂਟ ਏਜੰਸੀ ਨੂੰ, IRED ਨੂੰ ਮਿਲਿਆ ਹੈ ਇਹ ਅਵਾਰਡ। ਇਹ ਗੱਲਾਂ ਅਸੀਂ ਧਿਆਨ ਰੱਖਾਂਗੇ, ਹੈ ਨਾ। ਚਲੋ ਤਾਂ ਜੀ ਆਂਦਰੀਆ ਮੇਜ਼ਾ ਇਹ ਬਣੀ ਨਹੀਂ 69th ਮਿਸ ਯੂਨੀਵਰਸ ਬਣੀ 2020 ਲਈ, ਹੁਣ 2021 ਦੀ ਵੀ ਛੇਤੀ ਛੇਤੀ ਆਉਣ ਵਾਲਾ ਹੋਣਾ ਕੋਈ, ਹੈ ਨਾ, ਕਿ ਬਣ ਚੁੱਕੀ ਹੈ 2021 ਦੀ। ਬੱਚੇ ਪਤਾ ਕਿੱਦਾਂ ਕਨਫਿਊਜ਼ ਹੋ ਜਾਂਦੇ ਨੇ, ਕਹਿੰਦੇ ਸਰ ਹਰਨਾਜ ਸੰਧੂ ਵੀ ਤਾਂ ਬਣੀ ਹੈ, ਫਿਰ ਦੱਸਣਾ ਪੈਂਦਾ ਉਹਨਾਂ ਨੂੰ। ਹਾਂਜੀ ਦੱਸੋ
ਕੀ ਬਣ ਚੁੱਕੀ ਹੈ 2021 ਦੀ ਹਰਨਾਸ ਸੰਧੂ ਕੀ ਬਣੀ ਹੈ ਮਿਸ ਵਰਲਡ ਬਣੀ ਹੈ ਕਿ ਮਿਸ ਯੂਨੀਵਰਸ ਬਣੀ ਹੈ ਮਿਸ ਵਰਲਡ ਬਣੀ ਹੈ ਜਾਂ ਮਿਸ ਯੂਨੀਵਰਸ ਬਣੀ ਹੈ ਹਰਨਾਸ ਸੰਧੂ ਯਾਦ ਹੈ ਕਿਸੇ ਨੂੰ ਕਿ ਭੁੱਲ ਪਲ ਗਏ ਬਸ ਇੱਕ ਵਾਰ ਪੜ੍ਹ ਕੇ ਭੁੱਲ ਗਏ ਹੈ ਹੈ ਚੇਤੇ ਕਿਸੇ ਨੂੰ ਕੁਛ अच्छा एनसीईआरटी की बुक चार बार कवर हो गई। हाँ जी फिर रमेश सिंह तो यार देखो इंपॉर्टेंट इंपॉर्टेंट तो क्या बहुत ज़्यादा इंपॉर्टेंट टॉपिक्स ने अंदर कुछ था एक मिनट रुको तो जी मिस यूनिवर्स बनी है। हाँ जी 2020 की गल हुई है ये क्योंकि रिवीजन हो रही है तो जी मिस यूनिवर्स इस साल की बन चुकी है हरनाज संधु। हरनाज संधु बन चुकी है इस साल की मिस यूनिवर्स बन चुकी है। तो पिछले साल की गल हुई सी है मिस एडलिन कैडरो कास्टेलिनो मेड इट टू द टॉप फोर। ये थोड़े लिए हुण एक क्वेश्चन वो हो जाता रिडंडेंट हो जाता कोई काम की लोड़ नहीं इस क्वेश्चन की हूँ कोई काम की लड़ नहीं बस थोड़ी सी हूँ हरनाज संधु का ना याद रखना है ना संधु का ना याद रखना बाकी आप करना ना याद रखे कि नहीं। चलो अगले सवाल पर चलते हैं तो जी नागालैंड के कंजरवेशनिस्ट ने नुकलू फोम इन्हों दिता गया प्रेस्टीजियस विटली अवार्ड 2021। देखे मैं पता से कोई ना कोई वर्ल्ड तो कह दूगा कोई गल नहीं तो जी नागालैंड ने की ना उन्होंने नुकलू फोम ना हो जाता उन्होंने मिलता है विटली अवार्ड है कि इनू कहा जाता है ग्रीन ऑस्कर। ये मैं जी नीचे इनफॉर्मेशन लिखी है ना यही थोनू याद रखने से मदद करूगी जे तुसी कल ए पढ़ के जा रहे हो तुसी थोड़ा काम हो जाएगा रट्टे वाला फिर तो तुसी रट्टा मार लो क्रैम कर सकते हो सिर्फ फिर हो गया काम थोड़ा क्रैमिंग वाला बट जी ये चीज़ पढ़ोगे ये तो थोनू याद रहूगा। तो जी विटली अवार्ड्स ऑलसो नोन एज ग्रीन ऑस्कर नुकलू फोम ए पांच जणियां नू मिलिया सी विद दैट ऑफ फाइव अदरस मतलब कि किन्नियां नू मिलिया छेयां नू मिलिया थोड़े कोल ए सवाल आ सकदा जदों जे किसी एग्जामिनर नू घुमाण दी मन कर गया ना वो थोड़े तो यही दसूगा भी नागालैंड का कंजरवेशनिस्ट है उन्हों नुकलू फोम का ना है उन्होंने मिले विटली अवार्ड टोटल किन्ने बंद मिलया से तो जे तुम थले वाला पढ़िया ना होया थोड़ू पता ही नहीं होना जदों की तुम पढ़ के थोड़ी अखा के सामने लंघ के गया होना तो यह आंसर हो जाएगा छियां मिले वॉज अनाउंस रिसेंटली इन अ वर्चुअल अवार्ड सैरेमनी ऑरगनाइज बाय यूके वेज विटली फंड फॉर नेचर रही किया है किन्न मिला छे अवार्ड मिले इंडिया तो किनू मिले नुकलू फोम मिले कितों ने नागालैंड तो ने ठीक है जी। चलो हुण आपां अगे चलते हैं कहिंदे जी NBA क्रिएट सोशल जस्टिस अवार्ड नेम्ड फॉर अब्दुल जब्बार। कहिंदे जी अब्दुल जब्बार कौन ने पहला अब्दुल जब्बार वाले पढ़ लो कौन ने तो जी अब्दुल जब्बार वन थ्री कंजीक्यूटिव NCAA चैंपियनशिप वाइल एट UCLA बास्केटबॉल की ही गल हो रही है। इन बिटवीन दैम ही अलोंगसाइड फेम सोशियोलॉजिस्ट हैरी एडवर्ड्स हेल्प ऑर्गनाइज द बॉयकॉट ऑफ द 1968 ओलंपिक्स जी मैक्सीको सिटी में हुई थी ड्यू टू द दैन रीसेंट असैसीनेशन ऑफ सिविल राइट लीडर मालकॉम एक्स एंड मार्टिन लूथर जूनियर एंड द कंटिन्यूड मिस ट्रीटमेंट ऑफ ब्लैक पीपल। या तुम्हें पता है पिछली बार भी जो ब्लैक की मेरी मूवमेंट चली थी USA में तो यह भी उन्हों तो यह रिलेट करके हिस्टरी की गल करिए 1968 की गल है उदों भी काफ़ी ज़्यादा ब्लैक के अगेंस्ट मिस ट्रीटमेंट होंगी सी तो इन्होंने बॉयकॉट किया अब्दुल जब्बार तो किया कि NBA ने अनाउंस किया क्रिएशन ऑफ अ न्यू अवार्ड द करीम अब्दुल जब्बार सोशल जस्टिस चैंपियन अवार्ड टू रिकॉगनाइज प्लेयर्स हू आर मेकिंग स्ट्राइड्स इन द फाइट फॉर सोशल जस्टिस। भी जेडे प्लेयर ने जेडे कि सोशल जस्टिस लिए काम कर रहे हैं कुछ भी आके अगे बढ़ के कुछ अड कर रहे हैं उन्होंने अवार्ड दिता जाऊगा कि करीम अब्दुल जब्बार सोशल जस्टिस चैंपियन अवार्ड। वीडियो प्राइवेट तो नहीं होंगी नहीं होंगी मनदीप कौर वीडियो प्राइवेट नहीं होंगी ठीक है जी। चलो ये आप पढ़ लिया हाँ हूँ इंटरनेशनल इनविंसिबल गोल्ड मैडल ऑफ दिस ईयर हैज़ बीन कन्फर्ड हूम बस इन्नी गल याद रखनी है बाकी सानूं पढ़न की लोड़ नहीं है इस बार इस साल का इनविंसिबल गोल्ड मैडल किनू मिला केड़ा इंटरनेशनल इनविंसिबल गोल्ड मैडल किनू मिला है हर्षवर्धन रमेश पोखरिया राम नरेंद्र मोदी या फिर राजनाथ सिंह किनू मिला दसो हर्षवर्धन रमेश पोखरियाल राजनाथ सिंह या फिर नरेंद्र मोदी किनू मिला दसो हाँ जी बिल्कुल ठीक है यदा आंसर हो जाता जी रमेश पोखरियाल जोड़े पुराने साढ़े एक्स साढ़े की सके एक्स साढ़े एजुकेशन मिनिस्टर से उन्होंने मिलया यह कि अवार्ड है ये इनविंसिबल गोल्ड मैडल का अवार्ड मिला रमेश पोखरियाल निशंक जी ने। चलो कोबी ब्रायंट थोड़ा पता हो इन्हों की रीसेंटली हैलीकॉप्टर क्रैश में डैथ होगी इन्हों इनकलूड करता इन्होंने आफ्टर डैथ पोस्थ्यूमसली का मतलब होंगे आफ्टर डैथ इन टू द बास्केटबॉल हॉल ऑफ फेम। तो जी LA लेकर ये टीम है तुम देख सकते हो इन्होंने टी शर्ट पर भी लिखा हुआ लेकर तो जी ये बहुत फेमस प्लेयर ने ब्रायंट ये रिटायर हो गए थे 2016 ही वॉज द NBA मोस्ट वैल्यूएबल प्लेयर 2008
5 ਟਾਈਮ ਐਨਬੀਏ ਚੈਂਪੀਅਨ ਸੀਗੇ 41 ਇਅਰ ਦੀ ਏਜ ਵਿੱਚ ਹੈਲੀਕਾਪਟਰ ਕ੍ਰੈਸ਼ ਵਿੱਚ ਪਿਛਲੇ ਸਾਲ ਇਹਨਾਂ ਦੀ ਡੈਥ ਹੋ ਗਈ ਸੀ। ਹੁਣ ਤਾਂ ਪਿਛਲੇ ਸਾਲ ਡੈਥ ਹੋ ਗਈ ਸੀ, 2 ਸਾਲ ਹੋ ਗਏ ਨੇ ਹੁਣ, ਤਾਂ ਇਹ ਗੱਲਾਂ ਵੀ ਸੀ ਧਿਆਨ ਰੱਖਣੀਆਂ। ਅਤੇ ਫਸਟ ਪਲੇਅਰ ਟੂ 3000 ਥ੍ਰੀ ਪੁਆਇੰਟਰਸ ਮਾਰਨ ਵਾਲਾ ਪਹਿਲਾ ਪਲੇਅਰ ਕੌਣ ਬਣਿਆ ਸੀ? ਆਪਾਂ ਕਰੰਟ ਅਫੇਅਰ 'ਚ ਗੱਲ ਕੀਤੀ ਸਵੇਰੇ, ਉਹਨਾਂ ਦਾ ਨਾਂ ਹੋ ਜਾਂਦਾ ਕਿ ਮੈਂ ਆਪ ਭੁੱਲ ਗਿਆ, ਕਰੀ ਯਾਦ ਹੈ ਮੈਨੂੰ, ਫਸਟ ਨੇਮ ਭੁੱਲ ਗਿਆ ਮੈਂ। ਗੋਲਡਨ ਸਟੇਟ ਵਾਰੀਅਰ ਟੀਮ ਤੋਂ ਖੇਡਦਾ ਬਾਈ ਉਹ, ਗੋਲਡਨ ਸਟੇਟ ਵਾਰੀਅਰ ਟੀਮ ਤੋਂ ਖੇਡਦਾ ਉਹਦਾ ਨਾਮ ਮੈਂ ਵੀ ਭੁੱਲ ਗਿਆ। ਹੈ ਕਿਸੇ ਨੂੰ ਯਾਦ ਕੀ ਨਾਂ ਉਹਦਾ, ਫਸਟ ਪਲੇਅਰ ਟੂ 3000 ਥ੍ਰੀ ਪੁਆਇੰਟਰਸ? ਸਟੀਫਨ ਕਰੀ ਆ ਗਿਆ ਨਾਲ, ਹੈ ਯਾਦ, ਇੱਦਾਂ ਹੀ ਆ ਜਾਂਦੇ ਹੁੰਦੇ। ਤਾਂ ਉਹਨਾਂ ਦਾ ਨਾਂ ਹੋ ਜਾਂਦਾ ਸਟੀਫਨ ਕਰੀ ਹੋ ਜਾਂਦਾ ਉਹਨਾਂ ਦਾ ਨਾਂ। ਗੋਲਡਨ ਸਟੇਟ ਵਾਰੀਅਰ ਟੀਮ ਤੋਂ ਖੇਡਦੇ ਆ ਉਹ, ਅਤੇ 3000 ਥ੍ਰੀ ਪੁਆਇੰਟਰਸ ਮਾਰਨ ਵਾਲੇ ਪਹਿਲੇ ਕੋਈ ਵੀ ਪਲੇਅਰ ਬਣੇ ਨੇ ਐਨ ਬੀ ਏ ਦੀ ਹਿਸਟਰੀ ਵਿੱਚ ਬਣੇ ਨੇ ਪਹਿਲੇ ਪਲੇਅਰ, ਤਾਂ ਇਹ ਇੰਪੋਰਟੈਂਟ ਹੋ ਜਾਂਦਾ ਸਾਡੇ ਲਈ। ਦੇਖੋ ਕਿਸੇ ਨੇ ਵੀ ਦੱਸਿਆ ਮੈਨੂੰ ਸਟੀਫਨ ਕਰੀ। ਚਲੋ ਅੱਗੇ ਚੱਲਦੇ ਹਾਂ ਜਾਂਦੀ, ਹੂ ਬਿਕੇਮ ਦ ਫਸਟ ਇੰਡੀਅਨ ਟੂ ਵਿਨ ਐਨੂਅਲ ਵਰਲਡ ਕੋਰੀਓਗ੍ਰਾਫੀ ਅਵਾਰਡ? ਸਾਲਾਨਾ ਵਰਲਡ ਕੋਰੀਓਗ੍ਰਾਫੀ ਅਵਾਰਡ 2020 ਜਿੱਤਣ ਵਾਲਾ ਪਹਿਲਾ ਭਾਰਤੀ ਹੈ ਕੌਣ ਬਣਿਆ? ਗਣੇਸ਼, ਰੈਮੋ ਡਿਸੂਜ਼ਾ, ਫਰਾਹ ਖਾਨ ਜਾਂ ਫਿਰ ਸੁਰੇਸ਼ ਮੁਕੁੰਦ? ਦੱਸੋ ਕਿੱਥੋਂ ਦਾ ਆ? ਯੂ ਐੱਸ ਏ ਤੋਂ ਆ, ਯੂ ਐੱਸ ਏ ਤੋਂ, ਸਟੀਫਨ ਕਰੀ ਯੂ ਐੱਸ ਏ ਤੋਂ। ਗੋਲਡਨ ਸਟੇਟ ਵਾਰੀਅਰ ਇਹਦੀ ਟੀਮ ਹੈ। ਤਾਂ ਜੀ ਕੌਣ ਬਣਿਆ? ਹੂ ਬਿਕੇਮ ਦ ਫਸਟ ਇੰਡੀਅਨ ਟੂ ਵਿਨ ਦ ਐਨੂਅਲ ਵਰਲਡ ਕੋਰੀਓਗ੍ਰਾਫੀ ਅਵਾਰਡ 2020 ਲਈ? ਗਣੇਸ਼, ਰੈਮੋ ਡਿਸੂਜ਼ਾ, ਫਾਰਾ ਖਾਨ ਜਾਂ ਫਿਰ ਸੁਰੇਸ਼ ਮੁਕੁੰਦ? ਗਣੇਸ਼, ਰੈਮੋ ਡਿਸੂਜ਼ਾ, ਫਾਰਾ ਖਾਨ ਜਾਂ ਫਿਰ ਸੁਰੇਸ਼ ਮੁਕੁੰਦ ਕੌਣ ਬਣਿਆ ਦੱਸੋ? ਤਾਂ ਜੀ ਇਹਦਾ ਆਂਸਰ ਹੋ ਜਾਂਦਾ ਜੀ ਸੁਰੇਸ਼ ਮੁਕੁੰਦ ਬਣਿਆ। ਇਹ ਬਾਕੀ ਸਾਰੇ ਵੈਸੇ ਫੇਮਸ ਨਾਂ ਨੇ, ਬਟ ਐਡੇ ਕੱਬੇ ਵੀ ਨਹੀਂ ਕਿ ਇਹਨਾਂ ਨੂੰ ਵਰਲਡ ਕੋਰੀਓਗ੍ਰਾਫੀ ਦਾ ਅਵਾਰਡ ਮਿਲ ਜੇ। ਤਾਂ ਹੈ ਕਿ ਇਹਦੇ ਬਾਰੇ ਗੱਲ ਕਰਦੇ ਕੌਣ ਹੈ ਸੁਰੇਸ਼ ਮੁਕੁੰਦ? ਤਾਂ ਜੀ ਮੁਕੁੰਦ ਦਾ ਡਾਇਰੈਕਟਰ ਐਂਡ ਕੋਰੀਓਗ੍ਰਾਫਰ ਹੈ, ਇੰਡੀਅਨ ਡਾਂਸ ਕਰੂ ਹੈ ਜਿਹਦਾ ਨਾਂ ਹੈ ਦ ਕਿੰਗਸ। ਜੇ ਤੁਸੀਂ ਪੜ੍ਹਿਆ ਹੋਵੇ ਕਦੇ ਯੂਟਿਊਬ 'ਤੇ ਪਾ ਕੇ ਦੇਖਿਓ, ਦ ਕਿੰਗਸ ਕਰਕੇ ਇੱਕ ਡਾਂਸ ਗਰੁੱਪ ਹੈ, ਉਹਨੇ 2019 ਦਾ ਸੀਜ਼ਨ ਆਫ ਵਰਲਡ ਆਫ ਡਾਂਸ ਵੀ ਜਿੱਤਿਆ ਸੀ। ਦ ਵਰਲਡ ਕੋਰੀਓਗ੍ਰਾਫੀ ਅਵਾਰਡ ਫੇਮਸਲੀ ਨੋਨ ਐਜ ਓਸਕਰਸ ਆਫ ਡਾਂਸ ਟੇਕਸ ਪਲੇਸ ਇਨ ਲੋਸ ਐਂਜਲਸ ਹਰ ਸਾਲ ਹੁੰਦਾ ਹੈ। ਤਾਂ ਜੀ ਇਹਨਾਂ ਨੂੰ ਕਾਹਦੇ ਲਈ ਅਵਾਰਡ ਮਿਲਿਆ? ਇਹਨਾਂ ਨੂੰ ਮਿਲਿਆ ਅਵਾਰਡ ਟੀ ਵੀ ਰਿਐਲਿਟੀ ਸ਼ੋਅ ਕੰਪੀਟੀਸ਼ਨ ਕੈਟੇਗਰੀ ਵਿੱਚ ਮਿਲਿਆ ਫੋਰ ਹਿਜ਼ ਵਰਕ ਔਨ ਦਾ ਹਿੱਟ ਅਮੈਰੀਕਨ ਟੀ ਵੀ ਰਿਐਲਿਟੀ ਸ਼ੋਅ ਵਰਲਡ ਆਫ ਡਾਂਸ। ਉਹਦੇ ਬਾਰੇ ਹੀ ਗੱਲ ਕੀਤੀ ਹੈ ਵੀ 2019 ਦਾ ਸੀਜ਼ਨ ਵੀ ਇਹਨਾਂ ਨੇ ਜਿੱਤਿਆ ਸੀ। ਠੀਕ ਹੈ, ਚਲੋ। ਤਾਂ ਜੀ 50th 'ਤੇ ਆ ਗਏ ਆਪਾਂ, 50 ਤੱਕ ਹੀ ਹੋ ਤਾਂ ਬਹੁਤ ਗਏ ਬਟ ਅਕੋਰਡਿੰਗ ਟੂ ਨੰਬਰ ਘੱਟ ਹੀ ਹੋਏ ਨੇ। ਤਾਂ ਜੀ ਨੇਚਰਲਿਸਟ ਜੇਨ ਗੁਡੋਲ ਨੂੰ ਮਿਲਿਆ ਕਿਹੜਾ? ਟੈਂਪਲਟਨ ਪ੍ਰਾਈਜ਼ ਮਿਲਿਆ ਫੋਰ ਲਾਈਫਸ ਵਰਕ। ਆ ਜੀ ਜੇਨ ਗੁਡੋਲ ਹੈ। ਇਨ ਰਿਕੋਗਨੀਸ਼ਨ ਆਫ ਹਰ ਲਾਈਫਸ ਵਰਕ ਔਨ ਐਨੀਮਲ ਇੰਟੈਲੀਜੈਂਸ ਐਂਡ ਹਿਊਮੈਨਿਟੀ, ਗੁਡੋਲ ਬਿਲਟ ਹਰ ਗਲੋਬਲ ਰੈਪੂਟੇਸ਼ਨ ਔਨ ਹਰ ਗਰਾਊਂਡ ਬ੍ਰੇਕਿੰਗ ਸਟੱਡੀਜ਼ ਆਫ ਚਿੰਪੈਂਜ਼ੀਜ਼ ਇਨ ਤਨਜ਼ਾਨੀਆ ਇਨ 1960। ਤਾਂ ਜੀ ਐਨੀਮਲ ਇੰਟੈਲੀਜੈਂਸ ਅਤੇ ਹਿਊਮੈਨਿਟੀ ਬਾਰੇ ਗੱਲ ਕੀਤੀ। ਐਨੀਮਲ ਵੀ ਦਿਮਾਗ ਹੁੰਦਾ ਉਹਦੇ ਅੰਦਰ ਵੀ, ਉਹਨਾਂ ਦੇ ਅੰਦਰ ਵੀ ਫੀਲਿੰਗਸ ਹੁੰਦੀਆਂ। ਤਾਂ ਇਹਨਾਂ ਨੇ ਸਟੱਡੀ ਕੀਤੀ ਸੀ ਕਿੱਥੇ? ਤਨਜ਼ਾਨੀਆ ਦੇ ਚਿੰਪੈਂਜ਼ੀਜ਼ 'ਤੇ 1960 ਦੀ ਗੱਲ ਹੈ। ਤਾਂ ਇਹਨਾਂ ਨੂੰ ਮਿਲਿਆ ਹੈ ਕਿਹੜਾ? ਟੈਂਪਲਟਨ ਪ੍ਰਾਈਜ਼ ਜੇਨ ਗੁਡੋਲ ਨੂੰ। ਡਾਂਸ ਪਲੱਸ ਦਾ ਜੱਜ ਵੀ ਸੀ ਸ਼ਾਇਦ, ਇਹ ਨਹੀਂ ਪਤਾ ਯਾਰ ਮੈਨੂੰ। ਸੁਰੇਸ਼ ਮੁਕੁੰਦ ਵਰਗੇ ਤਾਂ ਕੋਈ ਵੀ ਨਹੀਂ ਸੀ ਯਾਰ ਡਾਂਸ ਪਲੱਸ 'ਤੇ ਜੱਜ, ਉੱਥੇ ਤਾਂ ਵੈਸੇ ਹੀ ਬਸ ਟਾਈਮ ਪਾਸ ਕਰਨ ਆਉਂਦੇ ਨੇ। ਚਲੋ ਅੱਜ ਹੀ ਕੁਛ ਬੈਚ ਨੇ ਤੁਹਾਡੇ ਲਈ, ਤੁਹਾਨੂੰ ਦੱਸਣਾ ਜ਼ਰੂਰੀ ਸੀਗੇ। 28 ਤਰੀਕ ਨੂੰ ਬੈਚ ਸ਼ੁਰੂ ਹੋ ਚੁੱਕਾ ਹੈ ਅਤੇ ਇਹ ਟੈਸਟ 3 ਦਾ PPSC ਕੋਆਪਰੇਟਿਵ ਇੰਸਪੈਕਟਰ ਦੀ ਬੈਚ ਤੁਸੀਂ ਬਾਏ ਕਰ ਸਕਦੇ। ਹੁਣ ਸਿਰਫ 1599 ਦਾ ਮਿਲ ਰਿਹਾ ਹੈ, 1840 ਦਾ ਨਹੀਂ ਹੈ। ਕੋਡ ਯੂਜ਼ ਕਰਨਾ ਪੈਣਾ Y383 Y383। ਅਤੇ ਟੈਸਟ 3 ਜਿਹੜਾ PPSC ਦੀ ਤਿਆਰੀ ਕਰ ਰਿਹਾ ਹੈ, ਇਹ ਤਾਂ ਮਸਟ ਹੈ, ਲੈ ਹੀ ਲੈ, ਇਹ ਚੀਜ਼ ਤਾਂ ਮਸਟ ਹੈ। ਬੈਚ ਬਾਏ ਕਰਨਾ ਨਹੀਂ ਕਰਨਾ, ਟੈਸਟ 3 ਇਜ਼ ਮਸਟ। ਕਿਉਂਕਿ ਹੁੰਦਾ ਕਿ ਆਪਣੀ ਸਟੈਂਡਿੰਗ ਪਤਾ ਲੱਗਦੀ, ਆਪਣੀ ਔਕਾਤ ਪਤਾ ਲੱਗਦੀ, ਆਪਾਂ ਕਿੱਥੇ ਖੜ੍ਹਦੇ ਹਾਂ। 15 ਤੋਂ ਜ਼ਿਆਦਾ ਟੈਸਟ ਨੇ, ਇੱਕ ਟੈਸਟ ਅੱਜ ਤੋਂ, ਫਿਰ ਮਹੀਨੇ ਬਾਅਦ ਟੈਸਟ ਤੋਂ, ਤੁਹਾਨੂੰ ਪਤਾ ਲੱਗੂਗਾ ਵੀ ਤੁਸੀਂ ਕਿੰਨੀ ਪ੍ਰੋਗਰੈਸ ਕੀਤੀ ਹੈ, ਤੁਹਾਡੀ ਕਿੰਨੀ ਗਰੋਥ ਹੋਈ ਹੈ। ਤਾਂ ਜੀ ਇਹ ਟੈਸਟ 3 ਜ਼ਰੂਰ ਬਾਏ ਕਰੋ। ਕੋਡ ਲਾ ਲਿਓ ਡਿਸਕਾਊਂਟ ਲਈ Y383 Y383। ਅਤੇ ਜੇ ਤੁਸੀਂ ਅੱਗੇ ਵੀ ਪੇਪਰਾਂ ਦੀ ਤਿਆਰੀ ਕਰਨਾ ਚਾਹੁੰਦੇ ਹੋ, ਪੰਜਾਬ ਦੇ ਜਿੰਨੇ ਵੀ ਪੇਪਰ ਆਉਣਗੇ, ਤੁਹਾਨੂੰ ਇੱਕ ਸਰਪ੍ਰਾਈਜ਼ ਵੀ ਦੱਸ ਦੇਣਾ। ਵੈਸੇ SSC ਬਾਰੇ ਵੀ ਕੁਛ ਕੰਮ ਚੱਲ ਰਿਹਾ ਹੈ, ਪੰਜਾਬ ਅੱਡਾ 24/7 'ਤੇ ਬਹੁਤ ਛੇਤੀ ਤੁਹਾਨੂੰ SSC ਬਾਰੇ ਵੀ ਗਿਫਟ ਮਿਲੂਗਾ, ਅਤੇ ਤੁਹਾਨੂੰ ESIC ਦੀ ਜਿਹੜੀ ਪੋਸਟ ਆਈਆਂ ਨੇ ਉਹਦੇ ਬਾਰੇ ਵੀ ਤੁਹਾਨੂੰ ਗਿਫਟ ਮਿਲੂਗਾ। ਤਾਂ ਫਿਰ ਇੱਦਾਂ ਨਾ ਕਰੋ ਵੀ ਤੁਸੀਂ SSC ਦਾ ਅੱਡ ਪੈਕ ਖਰੀਦ ਰਹੇ ਹੋ, ESIC ਦਾ ਅੱਡ ਖਰੀਦ ਰਹੇ ਹੋ, CGL ਦਾ ਅੱਡ ਹੋ ਗਿਆ ਕੋਈ, ਹੈ ਨਾ, CHSL ਦਾ ਅੱਡ ਹੋ ਗਿਆ। ਇੱਦਾਂ ਨਾ ਕਰੋ, ਇਹ ਤਾਂ ਸਿੱਧਾ ਹੀ ਪੰਜਾਬ ਕਾ ਮਹਾਪੈਕ ਹੈ, ਇਹ ਬਾਏ ਕਰ ਲਓ। ਇੱਕ ਸਾਲ ਤੱਕ ਜਿੰਨੇ ਵੀ ਕਲਾਸਿਸ ਹੋਗੀ, ਲਾਈਵ ਕਲਾਸਿਸ, ਰਿਕਾਰਡਿਡ ਕਲਾਸਿਸ, ਟੈਸਟ ਸੀਰੀਜ਼, PDF ਸਭ ਕੁਝ ਤੁਹਾਨੂੰ ਮਿਲੂਗਾ ਫ੍ਰੀ। ਕਿੰਨੇ 'ਚ? 3219 ਰੁਪਏ 'ਚ ਮਿਲੂਗਾ। ਕਿੱਦਾਂ ਮਿਲੂਗਾ? Y383 ਕੋਡ ਯੂਜ਼ ਕਰਕੇ। ਚਲ
हॉकी इंडिया नूं मिलिया प्रेस्टीजियस एटीएन ग्लिचिक अवार्ड इन रिकॉग्निशन फॉर हिज कॉन्ट्रीब्यूशन टू द ग्रोथ एंड डेवलपमेंट ऑफ द कंट्री। तां जी हॉकी इंडिया नूं मिलिया, ये मैंने प्रोनाउंस करना नहीं आ रहा, बट तुसीं याद रखना बस, जिलेट जिलेट वर्गा लगता मैंने, तो मैं तो उदा याद किया हुआ सी। तां जी हॉकी इंडिया नूं मिलिया ये जिलेट अवार्ड फॉर कादे लई, भी इन्हां ने कंट्री विच हॉकी की ग्रोथ ते डेवलपमेंट लई काम किया। नहीं नहीं ओवर नहीं हुई क्लास, क्यों ओवर हो गई, इदा थोड़ी, जो ओवर होगी मैं दसूंगा ना, इन्नी छेती थोड़ी ओवर हो गई। चलो तो जी अदर अवार्ड्स प्रेजेंटेड एट पार्ट ऑफ 47 इंटरनेशनल हॉकी फेडरेशन कांग्रेस, इन्हों के अवार्ड मिले, ये जिलेट जिलेट करके अवार्ड मिले, ये मिले, तो बाकियों को कि अवार्ड मिले। उज़्बेकिस्तान की हॉकी फेडरेशन है, उन्होंने मिला जी पाब्लो नेगरे अवार्ड मिले। पोलिश की जी हॉकी फेडरेशन है, पोलिश यानी कि पोलैंड जी हॉकी एसोसीएशन है, उन्होंने मिला थियो इकेमा अवार्ड। शैरन विलियमसन न्यूजीलैंड तो, उन्होंने मिला जी एच आर एच सुल्तान अजलान शाह अवार्ड मिला। तो इवोना मकार नू गुस्त लथूवर्स मेमोरियल ट्रॉफी मिली। तो जी ये भी तुम अजीब अजीब जो नाँ ने थोड़े जे ध्यान रखने ने, बस ये रीडिंग जरूर मार लियो ना, कुछ नहीं पता लगता, कुछ भी पूछ लैन, रीडिंग जरूर मार लियो, है ना। चलो होर क्या, मैंने तो जिलेट जिलेट तो याद है, अपन जिलेट तो याद रखे भी हॉकी इंडिया ने मिला जिलेट वाला अवार्ड, किन्ने अवार्ड होने जिलेट वाले, कुछ घट ही होंगे ने, तो ये ध्यान रखना तुम। चलो IAS VK पांडियन टू रिसीव FIH प्रेजिडेंट्स अवार्ड। तो जी वी कार्थिकेयन पांडियन ने, ये IAS ऑफिसर ने, प्राइवेट सैक्रेटरी टू द ओडिशा के चीफ मिनिस्टर कौन ने, नवीन पटनायक, वॉज कन्फर्ड विद द प्रेजिडेंट अवार्ड बाय इंटरनेशनल हॉकी फैडरेशन थ्रू द 47th इंटरनेशनल हॉकी फैडरेशन। कद लिए मिले भी इन्ह ने ओडिशा, ही वॉज अवॉर्डिड फॉर हिज कॉन्ट्रीब्यूशन इन डायरेक्शन टू द इवेंट एंड प्रमोशन ऑफ हॉकी इन ओडिशा। थोड़ा पता ही है हॉकी एक इकलौती स्टेट है जिन्हें साड़ी हॉकी की मैन कितने गया, मैन तो वूमेन की जी टीम सी ओलंपिक्स विच, कली यही स्पोंसर सी। कौन सी स्पोंसर? सिर्फ ओडिशा गवर्नमेंट। तुसी उन्हां दी कोई फोटो कढ के देखो, हॉकी टोक्यो 2020 लिख के देखो, इंडियन हॉकी, तो सिर्फ ओडिशा ही सी जी उन्हां दी इकलौती स्पोंसर सी। तो हुण अगे 10 साल लई भी इन्हां ने स्पोंसरशिप बधाती है, तो जी बहुत ही वधिया गल है। तो ये अवार्ड मिला कि मिला वी कार्तिकेयन पांडियन ने मिला, प्राइवेट सैक्रेटरी टू ओडिशा के चीफ मिनिस्टर ने ये अवार्ड उन्होंने मिला है। चलिए चलो हाँ जी, तो जी डॉक्टर नगेश्वर राव रेड्डी, डॉक्टर रेड्डी ये बिके, ये बने ने पहले इंडियन टू विल द रुडोल्फ वी शिंडलर अवार्ड। तो जी नगेश्वर रेड्डी बने ने पहले इंडियन जिन्होंने रुडोल्फ वी शिंडलर अवार्ड मिला है कि यह इंपॉर्टेंट क्यों जाता, पहली गल तो देखो पद्म अवार्ड भी जीत चुके हैं, तो गैस्ट्रो एंटेरोलॉजिस्ट ने डॉक्टर रेड्डी, हु इज़ ऑलसो द चेयरमैन ऑफ AIG हॉस्पिटल। जे कोई क्रिकेट का फुटबॉल देखता हो, मैनचेस्टर यूनाइटेड एक टीम है, वो 10 साल पहला एक जर्सी होंगी सी, उत्ते AIG लिखा होंगे सी, हॉस्पिटल का ही ब्रांड है। तो जी AIG हॉस्पिटल्स हैज़ वन द रुडोल्फ शिंडलर अवार्ड फ्रॉम द अमेरिकन सोसायटी ऑफ गैस्ट्रो इंटेस्टाइनल एंडोस्कोपी। है कड़ा अवार्ड? इट इज़ द हाईएस्ट कैटेगरी इन द प्रेस्टीजियस क्रिस्टल अवार्ड्स नेम्ड आफ्टर डॉक्टर शिंडलर। तो जी पहले इंडियन बने ने जिन्हों मिले कि रुडोल्फ शिंडलर अवार्ड डॉक्टर नगेश्वर रेड्डी, कौन ने है? चेयरमैन ऑफ AIG हॉस्पिटल्स। ठीक है चलो, तो जी वेटरन इंडियन केमिस्ट CNR राव, इन्हों मिले 2020 का इंटरनेशनल ENI अवार्ड। ENI अवार्ड ये बहुत ना सुने होना CNR राव ना, है ना। तो जी नोटेड इंडियन साइंटिस्ट एंड भारत रत्न प्रोफेसर CNR राव हैज़ बीन फेलिसिटेटेड विद द इंटरनेशनल ENI अवार्ड, ऑलसो कोल्ड एनर्जी फ्रंटियर अवार्ड। तो जी नोटेड काफ़ी मने हुए भारत रत्न प्रोफेसर CNR राव ने इन्हों दिता गया इंटरनेशनल एनी अवार्ड। द इंटरनेशनल एनी अवार्ड इट कंसीडर टू बी द नोबल प्राइज़ इन द एनर्जी रिसर्च, ये जो एनर्जी फील्ड है वो रिसर्च लिए नोबल प्राइज़ मनिया जाता इन्हों, बस इन्ना पढ़न की लड़ नहीं सूँ हूँ। यानी CNR राव वेटरन इंडियन केमिस्ट्री। ठीक है जी चलो, ये नोबल लॉरीएट थोड़ा पता होना चाहिए, पहली गल तो कदों मिले इन्हों, 1998 मिले, कहदे मिले इन्हों मिले इकोनमिक्स मिले नोबल प्राइज़, नोबल प्राइज़। ठीक है जी, 1998 इकोनमिक्स मिले इन्हों नोबल प्राइज़ मिले। तो जी नोबल लॉरीएट अमर्त्या सेन कन्फर्ड विद स्पेन द टॉप अवार्ड। इंडियन इकोनमिस्ट के नोबल लॉरीएट अमर्त्या सेन नू मिले 2021 का प्रिंसेस ऑफ एस्चूरियस अवार्ड बाय स्पेन इन द सोशल साइंसिज कैटेगरी। तो जी सोशल साइंसिज कैटेगरी अमर्त्या सेन नू स्पेन का प्रिंसेस ऑफ एस्चूरियस अवार्ड मिले। प्रिंसेस ऑफ एस्चूरियस अवार्ड इज एनुअल प्राइज अवॉर्डिड बाय प्रिंसेस ऑफ एस्चूरियस फाउंडेशन इन स्पेन टू इंडिविजुअल एंटिटीज और ऑर्गनाइजेशन हू मेक नोटेबल अचीवमेंट्स। कुछ नहीं है, बस इन्ना गल ध्यान रखनी है भी एस्चूरियस अवार्ड मिले है कि मिले अमर्त्या सेन मिले है,
ਨੋਬਲ ਪ੍ਰਾਈਜ਼ ਕਦੋਂ ਮਿਲਿਆ ਸੀ ਇਹਨਾਂ ਨੂੰ? 1998 ਵਿੱਚ ਮਿਲਿਆ ਸੀ। ਕਾਹਦੇ ਵਿੱਚ ਮਿਲਿਆ ਸੀ? ਇਕੋਨਮਿਕਸ ਵਿੱਚ ਮਿਲਿਆ ਸੀ। ਇਹ ਗੱਲਾਂ ਸੀ, ਧਿਆਨ ਰੱਖਾਂਗੇ, ਹੈ ਨਾ। ਚਲੋ ਤਾਂ ਜੀ, ਤਿੰਨ ਇੰਡੀਅਨ ਪੀਸ ਮੇਕਰਸ ਨੇ, ਉਹਨਾਂ ਨੂੰ UN ਦਾ ਪ੍ਰੈਸਟੀਜੀਅਸ ਮੈਡਲ ਮਿਲ ਰਿਹਾ। ਕੌਣ ਕੌਣ ਨੇ ਉਹ? ਕਾਰਪੋਰਲ ਯੁਵਰਾਜ ਸਿੰਘ, ਸਿਵਿਲੀਅਨ ਪੀਸ ਕੀਪਰ ਇਵਾਨ ਮਾਈਕਲ ਪਿਕਾਡੋ, ਅਤੇ ਤੀਜੇ ਮੂਲਚੰਦ ਯਾਦਵ ਆਰ ਅਮੰਗ ਦੋਜ਼ ਟੂ ਬੀ ਓਨਰਡ ਵੀ UN ਦਾ ਪ੍ਰੈਸਟੀਜੀਅਸ ਮੈਡਲ। ਕਾਰਪੋਰਲ ਯੁਵਰਾਜ ਸਿੰਘ ਕੰਮ ਕਰ ਰਹੇ ਸੀਗੇ UN ਮਿਸ਼ਨ ਇਨ ਸਾਊਥ ਸੁਦਾਨ ਵਿੱਚ, ਵਾਈਲ ਸਿਵਿਲੀਅਨ ਇਵਾਨ ਮਾਈਕਲ ਪਿਕਾਡੋ ਵਾਜ਼ ਐਸੋਸੀਏਟਿਡ ਵਿਦ ਯੂਨਾ ਮਿਸ ਐਜ਼ ਅ ਸਿਵਿਲ ਪੀਸ ਕੀਪਰ, ਅਤੇ ਮੂਲਚੰਦ ਯਾਦਵ ਵਾਜ਼ ਐਸੋਸੀਏਟਿਡ ਵਿਦ UN ਦਾ ਜਿਹੜਾ ਮਿਸ਼ਨ ਸੀਗਾ ਇਰਾਕ ਵਿੱਚ। ਇਹ ਸਾਨੂੰ ਪੜ੍ਹਨ ਦੀ ਲੋੜ ਨਹੀਂ ਹੈ, ਬਸ ਤਿੰਨ ਨਾਂ ਯਾਦ ਰੱਖਣੇ ਨੇ, ਇਹ ਬਾਕੀ ਤੁਹਾਨੂੰ ਮੈਂ ਵੈਸੇ ਦੱਸਤਾ ਵੀ ਪੜ੍ਹ ਸਕਦੇ ਹੋ। ਯੁਵਰਾਜ ਸਿੰਘ, ਇਵਾਨ ਮਾਈਕਲ ਪਿਕਾਡੋ ਅਤੇ ਮੂਲਚੰਦ ਯਾਦਵ, ਇਹ ਤਿੰਨਾਂ ਨੂੰ ਮਿਲਣ ਜਾ ਰਿਹਾ ਹੈ UN ਦਾ ਪ੍ਰੈਸਟੀਜੀਅਸ ਮੈਡਲ, ਹੈ ਨਾ। ਚਲੋ ਤਾਂ ਜੀ, WHO ਓਨਰਸ ਡਾਕਟਰ ਹਰਸ਼ ਵਰਧਨ ਫੋਰ ਐਫਰਟਸ ਇਨ ਟੋਬੈਕੋ ਕੰਟਰੋਲ। ਇਹ ਨੇ WHO ਦੇ ਹੈੱਡ, ਇਹਨਾਂ ਦਾ ਨਾਂ ਹੈ ਟੈਡਰੋਸ ਅਧਾਨੋਮ। ਕਿੱਥੋਂ ਨੇ? ਇਹ ਨੇ ਇਥੀਓਪੀਆ ਤੋਂ। ਇਹ ਨੇ ਸਾਡੇ ਡਾਕਟਰ ਹਰਸ਼ ਵਰਧਨ, ਇਹ ਐਕਸ ਹੈਲਥ ਮਿਨਿਸਟਰ ਨੇ। ਅਤੇ ਹੁਣ ਸਾਡੇ ਹੈਲਥ ਮਿਨਿਸਟਰ, ਹੈਲਥ ਐਂਡ ਫੈਮਿਲੀ ਵੈਲਫੇਅਰ ਮਿਨਿਸਟਰ ਕੌਣ ਨੇ? ਮਨਸੁਖ ਮਾਂਡਵੀਆ। ਇਹ ਗੱਲਾਂ ਵੀ ਅਸੀਂ ਯਾਦ ਰੱਖਣੀਆਂ। ਅਤੇ ਇਹਨਾਂ ਨੂੰ ਕਿਹੜਾ ਅਵਾਰਡ ਮਿਲਿਆ? ਇਹਨਾਂ ਨੂੰ ਮਿਲਿਆ ਜੀ WHO ਓਨਰਸ, ਇਹ ਡਾਕਟਰ ਹਰਸ਼ ਵਰਧਨ ਫੋਰ ਟੋਬੈਕੋ ਕੰਟਰੋਲ ਅਵਾਰਡ ਮਿਲਿਆ ਇਹਨਾਂ ਨੂੰ। ਡਾਕਟਰ ਹਰਸ਼ ਵਰਧਨ ਲੀਡਰਸ਼ਿਪ ਕਾਹਦੇ ਲਈ? ਕਿਉਂਕਿ 2019 ਜੇ ਤੁਹਾਨੂੰ ਯਾਦ ਹੋਵੇ, ਈ ਸਿਗਰਟ ਅਤੇ ਹੀਟਿਡ ਟੋਬੈਕੋ ਪ੍ਰੋਡਕਟਸ 'ਤੇ ਇਹਨਾਂ ਨੇ ਬੈਨ ਲਾਤਾ ਸੀਗਾ। ਇੱਕ ਚੀਜ਼ ਹੁੰਦੀ ਹੈ ਵੇਪਿੰਗ 'ਤੇ ਵੀ ਇਹਨਾਂ ਨੇ ਬੈਨ ਲਾਤਾ ਸੀ ਇੰਡੀਆ ਵਿੱਚ, ਤਾਂ ਕਰਕੇ WHO ਨੇ ਦਿੱਤਾ ਡਾਕਟਰ ਹਰਸ਼ ਵਰਧਨ ਨੂੰ ਇਹ ਅਵਾਰਡ। ਚਲੋ ਤਾਂ ਜੀ, ਨਿਤਿਨ ਰਾਕੇਸ਼ ਅਤੇ ਜੈਰੀ ਵਿੰਡ, ਇਹਨਾਂ ਨੂੰ ਮਿਲਿਆ ਇੰਟਰਨੈਸ਼ਨਲ ਬਿਜ਼ਨਸ ਬੁੱਕ ਆਫ ਦਾ ਈਅਰ ਅਵਾਰਡ 2021 ਲਈ। ਆ ਰਹੇ ਜੀ ਨਿਤਿਨ ਰਾਕੇਸ਼, ਆ ਰਹੇ ਨੇ ਜੈਰੀ ਵਿੰਡ, ਅਤੇ ਬੁੱਕ ਦਾ ਨਾਂ ਤੁਸੀਂ ਪੜ੍ਹ ਸਕਦੇ ਹੋ, ਟਰਾਂਸਫੋਰਮੇਸ਼ਨ ਇਨ ਟਾਈਮਸ ਆਫ ਕ੍ਰਾਈਸਿਸ। ਕੀ ਨਾਂ ਹੋ ਜਾਂਦਾ? ਟਰਾਂਸਫੋਰਮੇਸ਼ਨ ਇਨ ਟਾਈਮਸ ਆਫ ਕ੍ਰਾਈਸਿਸ ਲਈ ਕਿਹਨੂੰ ਮਿਲਿਆ? ਜੈਰੀ ਵਿੰਡ ਅਤੇ ਨਿਤਿਨ ਰਾਕੇਸ਼ ਨੂੰ ਇਹ ਅਵਾਰਡ ਮਿਲਿਆ ਹੈ, ਠੀਕ ਹੈ ਜੀ। ਅਤੇ ਜੈਰੀ ਵਿੰਡ ਕਿੱਥੋਂ ਨੇ? ਇਹ ਤਾਂ ਓਬਵੀਅਸ ਜੀ ਗੱਲ ਹੈ, ਇੰਡੀਆ ਤੋਂ ਨੇ। ਜੈਰੀ ਵਿੰਡ ਕਿੱਥੋਂ ਨੇ? ਇਹ ਇਜ਼ਰਾਇਲ ਤੋਂ ਨੇ। ਇਹ ਗੱਲਾਂ ਵੀ ਅਸੀਂ ਧਿਆਨ ਰੱਖਾਂਗੇ, ਠੀਕ ਹੈ ਜੀ। ਚਲੋ ਅੱਗੇ ਚੱਲਦੇ ਹਾਂ ਫਿਰ। ਡੇਵਿਡ ਡਾਇਓਫ ਵਿਨਸ ਇੰਟਰਨੈਸ਼ਨਲ ਬੁੱਕਰ ਪ੍ਰਾਈਜ਼। ਇਹ ਤਾਂ ਤੁਹਾਨੂੰ ਪਤਾ ਹੀ ਹੈ, ਮੈਂ ਬਹੁਤ ਵਾਰ ਕਰਾ ਵੀ ਚੁੱਕਾ ਪਹਿਲਾਂ। ਜਿਹੜਾ ਸਵੇਰ ਵਾਲੇ ਕਰੰਟ ਅਫੇਅਰ ਫੋਲੋ ਕਰ ਰਿਹਾ ਉਹਨੂੰ ਪਤਾ, ਮੈਂ ਵੀ ਸਰ ਨੇ ਪਤਾ ਨਹੀਂ ਕਿੰਨੀ ਵਾਰੀ ਕਰਾਤੇ। ਡੇਵਿਡ ਡਾਇਓਫ ਪਹਿਲੇ ਫਰੈਂਚ ਨੋਵਲਿਸਟ ਬਣੇ ਨੇ ਜਿਨ੍ਹਾਂ ਨੂੰ ਮਿਲਿਆ ਇੰਟਰਨੈਸ਼ਨਲ ਬੁੱਕਰ ਪ੍ਰਾਈਜ਼। ਕਿਤਾਬ ਦਾ ਨਾਂ ਸੀਗਾ ਐਟ ਨਾਈਟ ਆਲ ਬਲੱਡ ਇਜ਼ ਬਲੈਕ। ਟਰਾਂਸਲੇਟ ਹੋਈ ਸੀ ਇੰਗਲਿਸ਼ ਵਿੱਚ, ਕਿਹਨੇ ਕੀਤੀ ਸੀ? ਆਨਾ ਮਾਸਚੋ ਵਕੀਸ ਨੇ ਕੀਤੀ ਸੀ। ਇਹ £50,000 ਇਹਨਾਂ ਨੂੰ ਮਿਲਣੇ ਆ, ਅੱਧੇ ਟਰਾਂਸਲੇਟਰ ਨੂੰ ਮਿਲਣੇ ਅਤੇ ਅੱਧੇ ਡੇਵਿਡ ਡਾਇਓਫ ਨੂੰ ਮਿਲਣੇ ਆ। ਤਾਂ ਜੀ ਇਹੀ ਗੱਲਾਂ ਤੁਸੀਂ ਧਿਆਨ 'ਚ ਨੇ, ਡੇਵਿਡ ਡਾਇਓਫ ਹੋ ਜਾਂਦਾ, ਦੂਜਾ ਆਨਾ ਮਾਸਚੋ ਵਕੀਸ ਹੋ ਜਾਂਦਾ, ਅਤੇ £50,000 ਨੇ £25,000 ਇਹ ਆਪਸ 'ਚ ਵੰਡਣਗੇ। ਇਹ ਗੱਲਾਂ ਤੁਸੀਂ ਧਿਆਨ 'ਚ ਰੱਖੋਗੇ, ਠੀਕ ਹੈ। ਚਲੋ ਥੋਮਸ ਵਿਜੈਨ ਵਿੰਸ ਨੇਚਰ TTL ਫੋਟੋਗ੍ਰਾਫਰ ਆਫ ਦਾ ਈਅਰ 2021 ਦਾ। ਜੀ ਥੋਮਸ ਵਿਜੈਨ ਨੇ ਇਹਨਾਂ ਨੂੰ ਮਿਲਿਆ TTL ਫੋਟੋਗ੍ਰਾਫਰ ਆਫ ਦਾ ਈਅਰ 2021 ਦਾ ਅਵਾਰਡ। ਫੋਟੋਗ੍ਰਾਫ ਦਾ ਟਾਈਟਲ ਹੈ ਦ ਵਰਲਡ ਇਜ਼ ਗੋਇੰਗ ਅਪਸਾਈਡ ਡਾਊਨ। ਜਿੱਦਾਂ ਤੁਸੀਂ ਦੇਖ ਹੀ ਸਕਦੇ ਹੋ, ਆਹ ਚਿੰਪੈਂਜ਼ੀ ਪਤਾ ਨਹੀਂ ਲੰਗੂਰ ਹੈ, ਉੱਤੋਂ ਥੱਲੇ ਆ ਰਿਹਾ, ਅਤੇ ਭਾਅ ਜੀ ਨੇ ਫੋਟੋ ਖਿੱਚ ਲਈ। ਤਾਂ ਇਹਦੇ ਲਈ ਇਹਨਾਂ ਨੂੰ ਮਿਲ ਗਿਆ ਹੈ TTL ਫੋਟੋਗ੍ਰਾਫਰ ਆਫ ਦਾ ਈਅਰ 2021 ਦਾ ਅਵਾਰਡ ਮਿਲ ਚੁੱਕਾ ਹੈ। ਫੋਟੋਗ੍ਰਾਫ ਇਜ਼ ਟਾਈਟਲਡ ਦ ਵਰਲਡ ਇਜ਼ ਗੋਇੰਗ ਅਪਸਾਈਡ ਡਾਊਨ। ਇੱਕ ਮਿੰਟ ਦਿਓ ਮੈਨੂੰ। ਹਾਂਜੀ ਤਾਂ ਜੀ ਅੱਗੇ ਚੱਲਦੇ ਹਾਂ, ਥੋੜ੍ਹੇ ਹੀ ਰਹਿ ਗਏ ਨੇ ਕੁਸ਼ਚਨ ਤਾਂ। ਹਾਂ, ਅਰੁਣਾਚਲ ਪ੍ਰਦੇਸ਼ ਦੀ ਬੁੱਕ ਸੋਰੀ ਮੂਵੀ ਹੈ ਇੱਕ ਵਾਟਰ ਬੈਰੀਅਲ, ਇਹਨੂੰ ਬੈਸਟ ਫਿਲਮ ਦਾ ਨੈਸ਼ਨਲ ਅਵਾਰਡ ਮਿਲਿਆ ਹੈ। ਬੁੱਕ ਦਾ ਨਾਂ ਸੋਰੀ ਮੂਵੀ ਦਾ ਨਾਂ ਹੋ ਜਾਂਦਾ ਹੈ ਕੀ? ਵਾਟਰ ਬੈਰੀਅਲ। ਕਿੱਥੋਂ ਦੀ ਹੈ? ਅਰੁਣਾਚਲ ਪ੍ਰਦੇਸ਼ ਦੀ ਹੈ। ਫਿਲਮ ਵਿੱਚ ਡਾਇਰੈਕਟਿਡ ਬਾਏ ਇੰਡੀਪੈਂਡੈਂਟ ਫਿਲਮ ਮੇਕਰ ਦਾ ਨਾਂ ਹੋ ਜਾਂਦਾ ਸ਼ਾਂਤਨੂ ਸੇਨ। ਪ੍ਰੋਡਿਊਸ ਕੀਤੀ ਹੈ ਇਹ AM ਟੈਲੀਵਿਜ਼ਨ ਨੇ। ਕਿਹੜੇ ਨੋਬਲ ਤੋਂ ਇਹ ਇੰਸਪਾਇਰ ਹੋਈ ਸੀ? ਸਭਾ ਕੋਟਾ ਮਨੂ ਤੋਂ ਹੋਈ ਸੀਗੀ, ਰਿਟਨ ਬਾਏ ਯਸ਼ੀ ਦੌਰਜੀ। ਦੇਖੋ ਸਾਨੂੰ ਇਹ ਸਭ ਕੁਝ ਪੜ੍ਹਨ ਦੀ ਲੋੜ ਨਹੀਂ। ਦੇਖੋ ਸਵਾਲ ਜੇ ਇਹਦੇ ਤੋਂ ਫਸ ਗਏ ਫਿਰ ਸਾਡੀ ਹੈ ਮਾੜੀ ਕਿਸਮਤ। ਸਾਨੂੰ ਬੇਸਿਕ ਜੀ ਗੱਲ ਕੀ ਯਾਦ ਰੱਖਣੀ ਵੀ ਅਰੁਣਾਚਲ ਪ੍ਰਦੇਸ਼ ਦੀ ਮੂਵੀ ਨੂੰ ਮਿਲਿਆ ਨੈਸ਼ਨਲ ਅਵਾਰਡ। ਮੂਵੀ ਦਾ ਨਾਂ ਹੋ ਜਾਂਦਾ ਵਾਟਰ ਬੈਰੀਅਲ। ਡਾਇਰੈਕਟ ਕਿਹਨੇ ਕੀਤੀ? ਸ਼ਾਂਤਨੂ ਸੇਨ ਨੇ ਕੀਤੀ ਹੈ, ਅਤੇ ਪ੍ਰੋਡਿਊਸ ਕਿਹਨੇ ਕੀਤੀ ਹੈ? AM ਟੈਲੀਵਿਜ਼ਨ ਨੇ ਕੀਤੀ ਹੈ। ਇਹ ਗੱਲਾਂ ਅਸੀਂ ਧਿਆਨ 'ਚ ਰੱਖਾਂਗੇ, ਠੀਕ ਹੈ।
देखो जी थल्ले वाली चीज़ा ने आ भी सकते हैं भी असम का नोवल है सबा कोटा मनु ये लिखी थी येशी दोरजी थांगची ने मोनपा डायलैक्ट विच है। तो जी ये देखो ये चीज़ा वैसे तो देखो आ भी सकती हैं बट फिर उही गल है कि कुछ याद रखना तो जी आप इंपोर्टेंट इंपोर्टेंट चीज़ा याद रखा जे ये थल्ले वाला आ जाता फिर तो जी होर कुछ नहीं कह सकते फिर तो यही कहोगे भी हाँ जी किस्मत माड़ी सी। चलो जिम्बाब्वे की नोवलिस्ट है सित्सी दंगा रेमगा विंस पेन पिंटजर प्राइज 2021 ले पेन पिंटजर प्राइज 2021 ले इन्हों मिले कि मिले जिम्बाब्वे की ने सित्सी देंगा रेमगा 2009 में इस्टैबलिश होया थी। पेन पिंटजर प्राइज इज गिवन इन मेमोरी ऑफ नोबल लॉरीएट प्ले राइट हैरल्ड पिंटर। तो जी हैरल्ड पिंटर की याद विच ये 2009 में अवार्ड बनाया गया सी सित्सी देंगा रेमगा मिले जिम्बाब्वे तो ने पेन पिंटजर प्राइज। चल इंडिया की तिलोटा तिलोटामा शो में इन्हों मिले बेस्ट एक्टर अवार्ड एट यूके एशियन फिल्म फेस्टिवल। तुम देखे होना इन्हों बहुत फेमस एक्ट्रेस ने राहगीर सी मूवी का नाँ राहगीर सीगा मूवी का नाँ इस मूवी लिए इन्हों मिले तिलोटामा शो में बेस्ट एक्टर का अवार्ड यूके एशियन फिल्म फेस्टिवल में। ठीक है जी यूके एशियन फिल्म फेस्टिवल में मिलया तिलोटामा शो में अवार्ड। फिर गल करते हैं जी आर एस सोडी जी इन्हों दिता गया एशिया पैसिफिक प्रोडक्टिविटी चैंपियन अवार्ड दिता गया आर एस सोडी जी ने। एक कौन ने एम डी ने गुजरात कोऑपरेटिव मिल्क फेडरेशन आ की है अमूल देख रहे हो गुजरात कोऑपरेटिव मिल्क मार्केटिंग फेडरेशन अमूल के एम डी ने थोड़े को स्टैटिक जी के तो सवाल आ गया भी अमूल के एम डी कौन ने आर एस सोडी जी ने अमूल के एम डी वॉज कन्फर्ड विद द रीजनल अवार्ड एज एशिया पैसिफिक प्रोडक्टिविटी चैंपियन फ्रॉम एशियन प्रोडक्टिविटी ऑर्गनाइजेशन टोक्यो जापान इन रिकॉग्निशन ऑफ एनहेंस प्रोडक्टिविटी एंड एफिशिएंट मिल्क सप्लाई। तो जी बस कुछ नहीं है भी मिल्क की सप्लाई वधिया की मिल्क की प्रोडक्शन बहुत ज़्यादा वधिया तरीके नाल की हुई है उसके लिए अवार्ड मिला। तो फर्स्ट इंडियन टू विन दिस अवार्ड इन लास्ट 20 ईयरस पहले इंडियन बने ने जिन्हों पिछले 20 साल अवार्ड मिलया है। तो जी हुण रैपअप करते हैं क्लास में कुछ कुछ थोड़े जी बहुत रह गए ने क्वेश्चन कल ते परसों वाली क्लास थोड़े लिए बहुत जरूरी हो जाती है क्यों क्योंकि कल ते परसों करांगे आपां जनवरी सॉरी जून तो लैके दिसंबर 2021 तक दे इंपॉर्टेंट करंट अफेयर। दोबारे कह रहे हैं ICAR का फॉर्म भर दो 10th पास इसकी एलिजिबिलिटी है 21,700 लगती ही है। इंग्लिश साइंस सोशल साइंस तो मैथ्स आना है पेपर भी ये अंदर तो तुसी देख सकते हो टेक्नीशियन लैवल की पोस्ट हो जाती है। यदा बैच बहुत छेती शुरू होने वाला 1840 का पै जाता कोड यूज करना पैना थोड़ा Y383Y383 क्योंकि पंजाब के पेपर बस ना बैठे रहो बहरले पेपर भरने भी शुरू करो। बाकी सारे पेपर की तैयारी करने लिए थोड़े मैं दसिया ही है पंजाब का महापैक भी है अगे थोड़े लिए SSC ते ESIC दी भी सरप्राइज आ रहे हैं। तो जी स्टे ट्यून्ड वो मैं कहना तो ही पहला ही थोनू ले लेना चाहिए Y383 थोड़े लिए कोड है। तो मिलते हैं सवेरे 8 बजे करंट अफेयर की क्लास में जरूर लाओ मिस नहीं करना। तो कल तो परसों थोड़ा पता ही है जून तो लैके दिसंबर तक दे आप करांगे इंपोर्टेंट अवार्ड्स तो 7 जनवरी आप करांगे कि बजट दे इंपोर्टेंट क्वेश्चन। ठीक है जी।